ਤਾਮ ਬਦਲੇ ਸਮਝੌਤਾ ਫਿਲਮ ਨਗਰੀ ਦੇ ਵਿੱਚ ਇਦਾਂ ਦਾ ਕੁਝ ਅੱਖੀਂ ਦੇਖਿਆ ਜਿਹਦੇ ਵਿੱਚ ਟੈਲੈਂਟ ਨਹੀਂ ਹੁੰਦਾ ਨਾ ਉਹ ਫਿਰ ਉਸ ਤਰ੍ਹਾਂ ਦਾ ਬਿਹੇਵ ਕਰੇਗਾ ਕਿ ਅਗਲੇ ਨੂੰ ਤੁਸੀਂ ਸ਼ੈ ਦੇ ਦਿਓ ਫਿਲਮਾਂ ਸਾਡੀਆਂ ਲੱਗੀ ਰਹਿੰਦੀ ਸੀ ਘਟੋ ਘਟ 17 ਵੀਕ ਅੱਜ ਕੱਲ ਤੇ 2 ਵੀਕ ਦਾ ਰਹਿ ਗਿਆ ਲੁਧਿਆਣਾ ਦੇ ਇੱਕ ਪਿੰਡ ਦੇ ਵਿੱਚ ਜੱਟ ਤੇ ਜ਼ਮੀਨ ਫਿਲਮ ਦੇ ਮੌਕੇ ਵਿਰਿੰਦਰ ਦਾ ਕਤਲ ਹੋ ਜਾਂਦਾ ਜੀ ਉਸ ਕਤਲ ਤੋਂ ਬਾਅਦ ਮਨ ਦੇ ਕੀ ਭਾਵ ਸੀ ਜਦ ਵਿਰਿੰਦਰ ਜੀ ਦੀ ਡੈਥ ਹੋਈ ਨਾ फिर मेनू थोड़े चेर ले लग गया कि फिल्म इंडस्ट्री सटि बंद होनी चाहिए हर चीज ऊपर सियासत भारी क्यों हो जाती है मैं ऐसे दरवाजा खुल लिया उनके अंदर वीरेंद्र जी शॉट सर तो तूसी भी सेट से बहुत किए हैं कदी मिर्च वाली चाय प्यार कितना पैसा वसूड़ा पेके बंसजीत सिंह आप उठा लो आप ये लोग तो उठाते हैं ना सिंगल ਤੁਹਾਨੂੰ ਵੀ ਕਦੇ ਖਤਰੇ ਵਾਲੇ ਫੋਨ ਆਏ ਸੀ ਧਮਕੀ ਵਾਲੇ ਜਾਂ ਤੁਹਾਨੂੰ ਕਦੇ ਕੋਈ ਇਦਨ ਲੱਗਾ ਹੋਵੇ ਕਿ ਜਾਨ ਨੂੰ ਖਤਰਾ ਸਾਡੀ ਸੁਰਿੰਦਰ ਕੌਰ ਜੀ ਪ੍ਰਕਾਸ਼ ਕੌਰ ਜੀ 뮤ਜ਼ਿਕ ਦੇ ਪਾਇਨੀਅਰ ਨਹੀਂ ਵਾਹ ਉਹਨਾਂ ਨੂੰ ਤੁਸੀਂ ਪਦਮਸ਼ਰੀ ਨਹੀਂ ਦੇ ਸਕਦੇ ਸੀ ਹਰ ਬੰਦਾ ਵੈਨਿਟੀ ਬੈਂਚ ਚ ਵੜਿਆ ਜੀ ਉਹ ਸਿਰਫ ਆਪਣਾ ਸ਼ਾਟ ਦੇਣ ਲਈ ਬਾਹਰ ਬਾਉਂਸਰ ਨਾਲ ਆਂਦਾ ਮਰਾਠੀ ਵਿੱਚ ਬੰਗਾਲ ਵਿੱਚ ਛੋਟਾ ਵੀ ਲੇਖਕ ਨੂੰ ਉਹ ਪਦਮਸ਼ਰੀ ਦਿੰਦੇ ਆ ਸਾਡੇ ਫਕਾਪ ਕਿਉਂ ਨਹੀਂ ਦਿੰਦਾ

ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਇਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਆਂ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਹਰ ਰੋਜ਼ ਦੀ ਤਰ੍ਹਾਂ ਸੁਰਨ ਸਿੰਘ ਟਾਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਬਹੁਤ ਵਧੀਆ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਜਿੰਦਾਬਾਦ ਜੀ ਇਹ ਜਿੰਦਾਬਾਦ ਹੀ ਰਵੇ ਸਦਾ ਵੈਸੇ ਮੈਂ ਸਵਾਲ ਪੁੱਛਿਆ ਨਹੀਂ ਸੀ ਵੀ ਕੀ ਹਾਲ ਹੈ ਤੁਸੀਂ ਪਹਿਲੇ ਜਵਾਬ ਦੇਣ ਲੱਗ ਗਏ ਪਤਾ ਹੀ ਹੁੰਦਾ ਵੀ ਪਾਈ ਅਗਲੀ ਗੱਲ ਕਿਹੜੀ ਕਹਿਣੀ ਪਹਿਲੇ ਉੱਤਰ ਦੇ ਦਿਓ ਸਮਾਂ ਬਚਾਓ ਕਈ ਵਾਰ ਬੰਦਾ ਸਵਾਲ ਬਦਲ ਲੈਂਦਾ ਸਮੇਂ ਦੇ ਹਿਸਾਬ ਨਾਲ ਅੱਜ ਤੁਸੀਂ ਜੀ ਪਰ ਅੱਜ ਮੌਸਮ ਸੱਚੀ ਬੜਾ ਖੁਸ਼ਗਵਾਰ ਹੈ ਦੇਖੋ ਅੱਜ ਮੇਰਾ ਮਨ ਸੱਚੀ ਮੁੱੱਚੀ ਬੜਾ ਖੁਸ਼ ਆ ਜੀ ਉਹਦਾ ਕਾਰਨ ਇਹ ਆ ਵੀ ਜਿਨ੍ਹਾਂ ਨੂੰ ਤੁਸੀਂ ਬਹੁਤ ਪਸੰਦ ਕਰਦੇ ਰਹੇ ਹੋ ਬਚਪਨ ਤੋਂ ਹੂੰ ਜਿਨ੍ਹਾਂ ਨੂੰ ਤੁਸੀਂ ਦੇਖ ਦੇਖ ਕੇ ਤੇ ਇਹ ਮਸ ਪਾਲੀ ਹੋਵੇ ਵੀ ਯਾਰ ਪੰਜਾਬੀ ਫਿਲਮਾਂ ਇੰਉਂ ਵੀ ਹੁੰਦੀਆਂ ਬਿਲਕੁਲ ਜਿਹੜੇ ਤੁਹਾਡੇ ਚਹੇਤੇ ਹੋਣ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਸਬਬ ਬਣੇ ਤੇ ਚੰਗਾ ਲੱਗਣਾ ਕੁਦਰਤੀ ਆ ਬਿਲਕੁਲ ਸਹੀ ਮੈਂ ਬਹੁਤ ਘੱਟ ਇਹ ਸ਼ਬਦ ਵਰਤਦਾ ਕਿ ਮੈਂ ਫਲਾਣਿਆਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਪਰ ਜਿਹੜੇ ਨਾ ਤੁਹਾਡੇ ਬਾਲ ਮਨ ਦੇ ਉੱਤੇ ਕੁਝ ਕਚਰੇ ਛਿਰੀਟੇ ਜਾਂਦੇ ਆ ਕੁਝ ਕਿ ਤਸਵੀਰਾਂ ਉਕਰ ਜਾਂਦੀਆਂ ਬਿਲਕੁਲ ਉਹ ਤੁਹਾਨੂੰ ਚੰਗਾ ਲੱਗਦਾ ਉਹਨਾਂ ਨਾਲ ਗੱਲ ਕਰਕੇ ਜੀ ਪ੍ਰੀਤੀ ਸਪਰੂਪ ਪੰਜਾਬੀ ਫਿਲਮਾਂ ਦੀ ਉਹ ਨਾਇਕਾ ਹੈ ਤੇ ਸੀ ਜਿਨ੍ਹਾਂ ਨੇ ਬਾਖਮਾਲ ਅਦਾਕਾਰੀ ਕੀਤੀ ਆ ਬਿਲਕੁਲ ਅਸੀਂ ਨਿੱਕੇ ਨਿੱਕੇ ਸੀ ਤੇ ਜਦੋਂ ਗਵਾਂਢੀਆਂ ਦੇ ਟੀਵੀ ਦੇਖਣ ਜਾਣਾ ਸਾਡੇ ਤਾਂ ਟੀਵੀ ਹੈ ਨਹੀਂ ਸੀ ਤੇ ਉਦੋਂ ਨਾ ਫਿਰ ਮੈਂਦੀ ਬੈਂਦੀ ਮੈਂਦੀ ਗੱਦੇ ਵਿੱਚ ਨੱਚਦੀ ਨਹੀਂ ਮੇਰੇ ਧਮਕ ਕਾਲਜੇ ਪੈਂਦੀ ਤੇ ਫਿਰ ਉਹਨਾਂ ਦੇ ਇਹ ਗਾਣੇ ਸੁਣਨੇ ਤੇ ਬੜਾ ਚੰਗਾ ਲੱਗਦਾ ਜੀ ਬਿਲਕੁਲ ਸਹੀ ਹੈ ਜਦੋਂ ਨਵੇਂ ਸਾਲ ਤੇ ਉਹ ਗਾਣਾ ਸੁਣਿਆ ਸੀ ਟਿੱਕਾ ਸਿਓ ਤੋਂ ਟਿੱਕਾ ਕਢਾ ਦੇ ਮੇਰੇ ਆ ਸੱਜਣਾ ਨੱਗ ਜੜਵਾ ਦੇ ਹੈ ਨਾ ਵਾਹ ਕਿਆ ਬਾਤ ਅੱਜ ਅਸੀਂ ਪ੍ਰੀਤੀ ਸਪਰੂ ਜੀ ਦੇ ਨਾਲ ਗੱਲ ਕਰਾਂਗੇ ਜੀ ਇਹਨਾਂ ਦੀ ਇੱਕ ਨਵੀਂ ਫਿਲਮ ਆ ਰਹੀ ਹੈ 9 ਤਰੀਕ ਨੂੰ 9 ਸਤੰਬਰ ਨੂੰ ਉਹਦੇ ਬਾਰੇ ਵੀ ਗੱਲਾਂ ਕਰਨੀਆਂ ਇਹਨਾਂ ਦੇ ਕੁੱਲ ਫਿਲਮੀ ਸਫਰ ਬਾਰੇ ਵੀ ਗੱਲਾਂ ਕਰਨੀਆਂ ਸੋ ਪ੍ਰੀਤੀ ਸਪਰੂ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਚੜ੍ਹਦੀ ਕਲਾ ਦੇ ਵਿੱਚੋਂ ਤੁਸੀਂ ਸੱਚੀ ਮੁੱਚੀ ਬੜਾ ਕਮਾਲ ਕਰਦੇ ਰਹੇ ਆ ਸਰਾ ਮੈਂ ਸਮਝਦੀ ਹਾਂ ਕਿ ਵਾਈਗੁਰਿ ਤੇ ਮੇਰੇ ਤੇ ਬਹੁਤ ਮਿਹਰ ਰਹੀ ਆ ਕਿ ਮੈਂ ਪੰਜਾਬੀ ਇੰਡਸਟਰੀ ਮੈਂ ਬੰਬੇ ਜਮੀਪਲੀ ਕੁੜੀ ਜੀ ਜਦ ਮੈਂ ਪਹਿਲੀ ਵਾਰ ਪੰਜਾਬ ਦੀ ਧਰਤੀ 'ਚ ਪੈਰ ਰੱਖਿਆ ਸੀ ਸਰਪੰਚ ਦੇ ਵੇਲੇ ਮੈਨੂੰ ਇੱਥੇ ਦਾ ਮਾਹੌਲ ਦੇਖ ਕੇ ਇੱਥੇ ਇੱਥੇ ਦੇ ਲੋਕਾਂ 'ਚ ਪਿਆਰ ਵੇਖ ਕੇ ਐਨਾ ਮੈਂ ਖੁਸ਼ ਹੋਈ ਸੀ ਕਿ ਮੈਂ ਇਹ ਤੈਅ ਕਰ ਲਿਆ ਸੀ ਕਿ ਹਿੰਦੀ ਫਿਲਮਾਂ ਤੋਂ ਸ਼ੁਰੂਆਤ ਹੋਈ ਸੀ ਬਟ ਮੈਂ ਇਹ ਤੈਅ ਕਰ ਲਿਆ ਸੀ ਕਿ ਮੈਂ ਪੰਜਾਬੀ ਫਿਲਮਾਂ ਜ਼ਰੂਰ ਕਰਨੀਆਂ ਵਾਹ ਵਾਹ ਬਿਕੋਜ਼ ਐ ਮੈਂ ਮਿਸ ਕਰਦੀ ਸੀ ਮੁੰਬਈ ਵਿੱਚ ਐਂਡ ਫੈਮਿਲੀ ਵਿੱਚ ਹੀ ਆਪਸ ਵਿੱਚ ਨਹੀਂ ਮਿਲਦੇ ਐਨਾ ਟਾਈਮ ਨਹੀਂ ਹੁੰਦਾ ਐਂਡ ਇੱਥੇ ਦੀ ਜਿਹੜੀ ਖੁੱਲੇ ਯੂ نو ਘਰ ਹੈਗੇ ਇੱਥੇ ਕਿਵੇਂ ਪਿੰਡਾਂ ਚ ਮਤਲਬ ਨਾ ਜਿਵੇਂ ਉਹ ਸੀ ਖੇਤ ਚ ਘੁੰਮਦੇ ਆ ਯੂ نو ਉੱਥੇ ਮੈਂ ਬਹੁਤ ਸੋਨਾ ਐਟਮੋਸਫੇਅਰ ਐਂਡ ਲੋਕਾਂ ਦੇ ਵਿੱਚ ਕਿੰਨਾ ਪਿਆਰ ਹੈ ਜਿੰਨਾ ਪਿਆਰ ਇੱਕ ਕਸ਼ਮੀਰ ਦੀ ਕੁੜੀ ਹਾਂ ਜਿਹੜੀ ਬੰਬੇ ਦੇ ਵਿੱਚ ਜੰਮੀ ਪਲੀ ਵੱਡੀ ਹੋਈ ਜਵਾਨ ਹੋਈ ਜਿਹੜਾ ਸਾਰਾ ਪਰਿਵਾਰ ਸਾਰਾ ਟੱਬਰ ਮਾਤਾ ਪਿਤਾ ਭਰਾ ਮਾਮਾ ਚਾਚਾ ਸੋਰੀ ਜਿਨ੍ਹਾਂ ਬਾਰੇ ਮੈਨੂੰ ਨਹੀਂ ਪਤਾ ਸਾਰੇ ਹਾਂ ਸ਼ੰਕਰ میوزਿਕ ਡਾਇਰੈਕਟਰ ਵਾਹ ਮੇਰੇ ਮਾਮਾ ਫਿਲਮੀ ਖੇਤਰ ਨਾਲ ਸੰਬੰਧਿਤ ਆਜ ਤੱਕ ਲੋਕ ਕੀ ਉਹਨਾਂ ਦੇ ਗਾਣੇ ਕਾਪੀ ਕਰਦੇ ਆ ਸ਼ੰਕਰ ਜੈਕਿਸ਼ਨ ਵਿੱਚੋਂ ਸ਼ੰਕਰ ਮੇਰੇ ਮਾਮਾ ਸੀ ਮੇਰੀ ਮੰਮੀ ਉਹਨਾਂ ਨੂੰ ਫਿਲਮਾਂ ਚਲਾਈ ਮੇਰੀ ਮੰਮੀ ਪ੍ਰਿਥਵੀ ਥੀਏਟਰ ਦੀ ਹੀਰੋਇਨ ਸੀਗੀ ਵਾਹ ਪ੍ਰਿਥਵੀ ਰਾਜ ਕਪੂਰ ਦੀ ਡਿਸਕਵਰੀ ਸੀ ਦੇਵਾਨੰਦ ਜੀ ਸੈਕੰਡ ਫਿਲਮ ਮੋਹਨ ਐਜ਼ ਹੀਰੋ ਮੇਰੀ ਮੰਮੀ ਨਾਲ राज कपूर जेल यात्रा मम्मी अशोक कुमार आ, नाल संग्राम घर घर की कहानी रेनू का मैनी फिल्म सी हीरोइन सी की फेमस था ट्रेडमार्क मेरी मम्मी दास है शी वाज अ कथक डांसर हाँ जी क्या बात क्या बात है चाचा जीवन जी किरण कुमार ब्रदर नेफ्यू करण नाथ सिस्टर वो वडी राइटर साजन जी। दिल तेरा आशिक मोहब्बत याराना ਇਹ ਬ੍ਰਦਰ 400 ਫਿਲਮ ਕਰ ਚੁੱਕੇ ਨੇ ਹੁਣ ਤੱਕ ਤੇਜ ਸਪਰੂ ਜੀ ਉਹ ਉਹਨਾਂ ਦਾ ਸੀਰੀਅਲ ਹੈਲਪਫੁਲ ਮੋਹਿਨੀ ਆ ਰਿਹਾ ਹੈ ਗਰਲਸ ਤੇ ਰੋਜ਼ ਚੌਧਰੀ ਬਣ ਕੇ ਆਨੇ ਬੜੇ ਖਤਰਨਾਕ ਅਦਾ ਕਰਾਉਂ ਚੌਧਰੀ ਦੇਖ ਕੇ ਇੱਕ ਵਾਰ ਬੱਚੇ ਕੰਮ ਜਾਂਦੇ ਨੇ ਹਾਂ ਤੁਸੀਂ ਦੇਖੋ ਇਸ ਫਿਲਮ ਹਰਫੁਲ ਮੋਹਿਨੀ ਹਰਫੁਲ ਮੋਹਿਨੀ ਵਿੱਚ ਉਹ ਇੰਨਾ ਵੇਰੀਏਸ਼ਨ ਸ਼ੋ ਕਰ ਰਹੇ ਨੇ ਨਾ ਵਿਲਨ ਨੇ ਲੇਕਿਨ ਕਾਮੇਡੀ ਵੀ ਕਰ ਰਹੇ ਨੇ ਉਹ ਵੀ ਕਰ ਰਹੇ ਨੇ ਆਈ ਡੋਨਟ ਨੋ ਪ੍ਰੋਡਿਊਸਰਸ ਛੱਡੀ ਨਹੀਂ ਰਹੇ ਏਵਰੀ ਡੇ ਉਹਨਾਂ ਦੀ ਸ਼ੂਟਿੰਗ ਰੱਖਦੇ ਆ ਉਹ ਹੁਣ ਡਬਲ ਸ਼ਿਫਟਸ ਕਰ ਰਹੇ ਨੇ ਸਲਮਾਨ ਖਾਨ ਜੀ ਦੀ ਫਿਲਮ ਵੀ ਕਰ ਰਹੇ ਨੇ ਆਈ ਬਿਲੀਵ ਜੀ ਬਹੁਤ ਬਹੁਤ ਵਧੀਆ ਪਰ ਇੱਕ ਕਸ਼ਮੀਰੀ ਕੁੜੀ ਜਿਵੇਂ ਟਹਣਾ ਸਾਹਿਬ ਨੇ ਕਿਹਾ ਬੰਬੇ ਚ ਪਲੀ ਵੱਡੀ ਹੋਈ ਤੇ ਇੰਨੀ ਵਧੀਆ ਪੰਜਾਬੀ ਠੇਰਤਾ ਨਾਲ ਬੋਲਦੀ ਹੈ ਕਿਵੇਂ ਆ ਮੈਂ ਦੱਸਦੀ ਹਾਂ ਮੇਰੇ ਫਾਦਰ ਸਾਹਿਬ ਜੰਮੇ ਤੇ ਜੰਮੂ ਸੀ ਗਏ ਜੀ ਐਂਡ ਮੇਰੇ ਗ੍ਰੈਂਡਫਾਦਰ ਦੋਗਰਾ ਸਮਾਜ ਦੇ ਟ੍ਰੇਜਰਰ ਸਨ ਜੀ ਦੋਗਰਾ ਮਤਲਬ ਰਿਆਸਤ ਦੇ ਜੀ ਤੇ 6 ਮਹੀਨੇ ਰਿਆਸਤ ਕਸ਼ਮੀਰ ਰਹਿੰਦੀ ਸੀ 6 ਮਹੀਨੇ ਜੰਮੂ ਤੇ ਮੇਰੇ ਦਾਦਾ ਜੀ ਦੇ ਕੁਝ ਬੱਚੇ ਮਤਲਬ ਜੰਮੂ ਜੰਮਿਆ ਕੁਝ ਕਸ਼ਮੀਰ ਤੇ ਡੈਡੀ ਨਾ ਫਿਰ ਸ਼ਿਫਟ ਹੋ ਗਏ ਲਾਹੌਰ ਜੀ ਲਾਹੌਰ ਚ ਪੰਜਾਬੀ ਬੋਲਦੇ ਸੀ ਤੇ ਆਈ ਡੋਟ ਨੋ ਮੇਰੇ ਡੈਡ ਨੂੰ ਮੇਰੇ ਬਲੱਡ ਵਿੱਚ ਹੀ ਆ ਜੀਨਸ ਵਿੱਚ ਕਿ ਡੈਡੀ ਵੀ ਮਤਲਬ ਉਰਦੂ ਲਿਖਦੇ ਸੀ ਪੰਜਾਬੀ ਬੋਲਣ ਲੱਗ ਪਏ ਪੈਨ ਪਰਾਵਾ ਨਾ ਜਦ ਪੰਜਾਬੀ ਵਿੱਚ ਗੱਲ ਕਰਦੇ ਸੀ ਨਾਟ ਕਸ਼ਮੀਰੀ ਨਹੀਂ ਤੇ ਕਸ਼ਮੀਰੀ ਬੜੀ ਡਿਫਿਕਲਟ ਹੈ ਰਸ਼ੀਅਨ ਵਰਗੀ ਲੈਂਗੁਏਜ ਹੈ ਥੋੜੀ ਤੇ ਡੈਡ ਐਨ 올 ਸਾਰੇ ਪੰਜਾਬੀ ਵਿੱਚ ਬੋਲਦੇ ਸੀ ਔਰ ਮੈਨ ਮੈਨੂੰ ਲੱਗਦਾ ਉਹਨਾਂ ਨੂੰ ਸੁਣਦੇ ਰਹੀ ਨਾ ਬੱਚੇ ਉਹਨਾਂ ਦੇ ਜਦ ਵਿਰਿੰਦਰ ਜੀ ਨੇ ਮੈਨੂੰ ਲਿੱਤਾ ਸਰਪੰਚ ਮੈਨੂੰ ਕਿਹਾ ਕਿ ਪ੍ਰੀਤੀ ਆਪ ਕਰ ਦੋ ਫਿਰ ਅਸੀਂ ਡਬਿੰਗ ਕਰਾਂਗੇ ਜਦ ਉਹਨਾਂ ਨੇ ਦੇਖਿਆ ਕਿ ਮੈਂ ਤੇ ਫੜ ਲਿਆ ਐਕਸੈਂਟ ਇਹਨਾ ਸੋਹਣਾ ਤੇ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਤੁਸੀਂ ਆਪਣੀ ਡਬਿੰਗ ਕਰੋ ਪਰ ਤੁਹਾਨੂੰ ਵਿਰਿੰਦਰ ਜੀ ਇਹ ਗੱਲ ਕਰਕੇ ਲਿਆਏ ਸੀ ਫਿਲਮ ਦੇ ਵਿੱਚ ਸਰਪੰਚ ਦੇ ਵਿੱਚ ਵੀ ਭਾਈ ਥੋੜਾ ਜਿਹਾ ਕੰਮ ਕਰਨਾ ਤੁਹਾਨੂੰ ਸਿਰਫ ਮਹਿਮਾਨ ਕਿਰਦਾਰ ਦੇਣਾ ਸੀ ਗੈਸਟ ਅਪੀਅਰੈਂਸ ਆ ਤੁਹਾਡੀ ਬਸ ਥੋੜਾ ਜਿਹਾ ਕੰਮ ਕਰੋ ਧੋਖਾ ਹੋ ਗਿਆ ਹੈ ਨਾ ਨਹੀਂ ਨਹੀਂ ਮੈਂ ਕਹ ਦਿੰਦਾ ਬਿਚਾਰੇ ਬਹੁਤ ਅੱਛੇ ਇਨਸਾਨ ਸੀ ਧੋਖਾ ਨਹੀਂ ਉਹਨਾਂ ਨੇ ਮੈਨੂੰ ਕਿਹਾ 10 ਦਿਨ ਦੀ ਡੇਟਸ ਚਾਹੀਦੀ ਹੈ 10 ਦਿਨ ਵਿੱਚ ਅਸੀਂ ਤੁਹਾਡਾ ਕੰਮ ਨਿਬੜ ਦਿੰਦੇ ਹਾਂ ਹੁਣ ਮੈਨੂੰ ਆਦਤ ਪਈ ਸੀ ਹਿੰਦੀ ਫਿਲਮ ਦੀ ਜੀ ਹਿੰਦੀ ਫਿਲਮ ਵਿੱਚ ਕੀ ਹੁੰਦਾ ਲਾਵਾ ਇਸ ਵਿੱਚ ਇੱਕ ਸੀਨ 2 ਦਿਨ ਸ਼ੂਟ ਹੋ ਰਿਹਾ ਤੇ ਮੈਂ ਸੋਚਿਆ ਕਿ 10 ਦਿਨਾਂ ਚ ਕਰ ਲੈਣਗੇ ਹੈ ਥੋੜੇ ਸੀਨ ਹੋਣਗੇ 4-5 ਇੱਕ ਗਾਣਾ ਹੋਏਗਾ ਉਹ ਨਾਲੇ ਤੇ ਪਤਾ ਨਹੀਂ 4-5 ਗਾਣੇ ਕਲਾਈਮੈਕਸ ਕਿੰਨੇ ਸਾਰੇ ਸੀਨ ਵਾਹ ਇੱਕ ਦਿਨ ਵਿੱਚ ਇੱਕ ਗਾਣਾ ਹੂੰ 10 ਦਿਨਾਂ ਵਿੱਚ 4 ਗਾਣੇ 5 ਗਾਣੇ ਤੇ 4-5 ਦਿਨਾਂ ਚ ਕਿੱਟਲੇ ਫਿਰ ਉਹਦੇ ਬਾਅਦ ਸੀਗੇ ਇਹ ਕਲਾਈਮੈਕਸ ਉਹ ਵੀ ਪਹਿਲਾਂ ਨਾ ਸਾਡੀ ਬਜਟ ਹੁੰਦੇ ਸੀ ਘੱਟ ਹੂੰ ਕੰਮ ਵੱਧ ਕਰਨਾ ਪੈਂਦਾ ਸੀ ਸਮੇਂ ਦੀ ਬਚਤ ਹੋਈ ਯੈਸ ਯੈਸ ਪਹਿਲਾਂ ਅਸੀਂ ਫਿਲਮ ਕੋਸ਼ਿਸ਼ ਕਰਦੇ ਸੀ 20 ਦਿਨਾਂ ਚ ਹੀ ਕੰਪਲੀਟ ਹੋ ਜਾਏ ਬਿਕੋਸ ਸਾਡੇ ਕੋਲ ਬਜਟ ਹੀ ਨਹੀਂ ਹੁੰਦੇ ਸੀ ਤੁਸੀਂ 6 ਫਿਲਮਾਂ ਕੀਤੀਆਂ ਵੀਰੇ ਇੰਦਰ ਹੋਰਾ ਦੇ ਰਾ ਹਾਂ ਛੇ ਬਾਖਮਾ ਯਾਰੀ ਜੱਟ ਦੀ ਹਾਂ ਸਰਪੰਚੁਰ ਮੇ ਦੁਸ਼ਮਨੀ ਦੀ ਅੱਗ ਫਿਰ ਸਰਪੰਚ ਨਿੰਮੋ ਸਾਰੀਆਂ ਸੁਪਰ ਹਿੱਟ ਆਹ ਸੁਪਰੀਟ ਕਦੇ ਸੋਚਿਆ ਸੀ ਵੀ ਭਾਈ ਪੰਜਾਬੀ ਫਿਲਮਾਂ ਦੇ ਵਿੱਚ ਇਹੋ ਜਿਹਾ ਪੈਰ ਧਰਾਵਾ ਹੋਊ ਵਰਿੰਦਰ ਦੇ ਨਾਲ ਇੱਕ ਐਸੀ ਜੋੜੀ ਬਣੂ ਵੀ ਲੋਕਾਂ ਨੇ ਮੰਨਦੀ ਏ ਧਾਰਨਾ ਬਣ ਗਈ ਸੀ ਵੀ ਜਦੋਂ ਪੋਸਟਰ ਦੇ ਉੱਤੇ ਇੱਕ ਪਾਸੇ ਪ੍ਰੀਤੀ ਸਪਰੂ ਦੀ ਫੋਟੋ ਹੋਈ ਜੀ ਇੱਕ ਪਾਸੇ ਮੇਰ ਮਿੱਤਲ ਦੀ ਹੋਈ ਤੇ ਨਾਲ ਹੋਈ ਵਰਿੰਦਰ ਦੀ ਤੇ ਫਿਲਮ ਚੱਲ ਗਈ ਇਹ ਸੁਪਰ ਡੂਪਰ ਹਿੱਟ ਹੋਊਗੀ ਅੱਛਾ ਇੱਕ ਦਿਨ ਮੈਂ ਵਰਿੰਦਰ ਜੀ ਨੂੰ ਫੜਿਆ ਮੈਂ ਕਿਹਾ ਤੁਸੀਂ ਸ਼ੋਸ ਤੇ ਗਏ ਸੀ ਅਮਰੀਕਾ ਕੈਨੇਡਾ ਸੁਦੀ ਪੋਸਟਰ ਲਾਇਆ ਮੇਰੇ ਨਾਲ ਹੈ ਮੈਂ ਤਾਂ ਨਹੀਂ ਗਈ ਸੀ ਕਿਉਂ ਲਾਇਆ ਮੈਨੂੰ ਪੜ ਕੇ ਫੋਟੋ ਤੇ ਕਹਿੰਦੇ ਨਹੀਂ ਕਿਉਂਕਿ ਸਾਡੀ ਜੋੜੀ ਐਨੀ ਨਾ ਦਰ ਕਿ धरਮ ਜੀ ਹਿਮਾ ਵਰਗੀ ਹੈ ਸ਼੍ਰੀ ਦੇਵੀ ਪਤਾ ਨਹੀਂ ਜਤਿੰਦਰ ਵਰਗੀ ਹੈ ਇਸ ਤਰ੍ਹਾਂ ਇੱਕ ਐਕਸਪਲੇਨੇਸ਼ਨ ਦੇਣ ਲੱਗੇ ਤੇ ਉਹ ਉਹ ਹਮੇਸ਼ਾ ਹੱਸ ਕੇ ਨਾ ਉਹ ਹਮੇਸ਼ਾ ਬਹੁਤ ਜੋਵਿਅਲ ਪਰਸਨ ਸੀਗੇ ਜੀ ਤੇ ਬਹੁਤ ਮਜ਼ਾ ਆਂਦਾ ਸੀ ਉਹ ਫਿਲਮਾਂ ਦੇ ਵਿਸ਼ੇ ਦੀ ਸਮਝ ਬਹੁਤ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਮਿਊਜ਼ਿਕ ਦੀ ਤੁਸੀਂ ਦੇਖੋ ਗਾਣਾ ਨਹੀਂ ਜਿਹੜਾ ਜੀਟੀ ਰੋਡ ਤੇ ਤੋਂ ਹਾਂ ਆ ਬੰਦਾ ਉਹਨਾਂ ਨੇ ਮੈਂ ਸੁਣਿਆ ਕਿ ਐਸੀ ਕੋਈ ਬੰਦਾ ਆ ਗਿਆ ਕਿ ਭਾਜੀ ਤੁਹਾਨੂੰ ਇੱਕ ਗਾਣਾ ਸੁਣਾਣਾ ਮੇਰਾ ਤਾਂ ਤੁਸੀਂ ਰੱਖ ਉੱਥੇ ਹੀ ਉਹ ਕਹਿੰਦੇ ਨਾ ਕਿ ਨਾਗਰਾ ਲੈ ਕੇ ਨਾਗਰਾ ਲੇਕਿਨ ਉੱਥੇ ਹੀ ਰਿਕਾਰਡ ਕਰ ਲਿਆ ਸੈੱਟ ਤੇ ਹੀ ਰਿਕਾਰਡ ਕਰ ਲਿਆ ਉਹ ਪਾਤਾ ਫਿਲਮ ਚ ਫਿਰ ਗਾਣਾ ਹੋ ਗਿਆ ਸੁਪਰ ਹਿੱਟ ਹਾਂ ਅੱਛਾ ਹੂੰ ਸੋ ਇਟ ਵਾਸ ਰਿਕਾਰਡਡ ਓਨ ਸੈੱਟ ਸੈੱਟ ਤੇ ਉਹਨਾਂ ਨੂੰ ਨਾ ਮਿਊਜ਼ਿਕ ਦੀ ਬਹੁਤ ਸੈਂਸ ਸੀਗੀ ਐਂਡ ਆਈ ਥਿੰਕ ਉਹ ਬਹੁਤ ਜ਼ਰੂਰੀ ਆ ਤੁਸੀਂ ਯਾਰੀ ਜੱਟ ਦੀ ਦੇਖੋ ਤੇ ਐਵਰੀ ਗਾਣੇ ਤੇ ਨਾ ਲੋਕੀ ਪੈਸੇ ਸੁੱਟਦੇ ਸੀ ਗੁੜ ਨਾਲੇਸ਼ ਕਿ ਮਟਾਸੇ ਪੈਸੇ ਸੁੱਟ ਰੇ ਸਕਰੀਨ ਤੇ ਟਰਾਲੀ ਭਰ-ਭਰ ਕੇ ਲੋਕੀ ਪਿੰਡਾਂ ਚੋਂ ਆ ਰਹੇ ਆ ਫਿਲਮ ਦੇਖਣੇ ਇੱਕ ਇੱਕ ਥਾਂ ਤੇ ਯਾਰੀ ਜੱਟ ਦੀ ਸਿਲਵਰ ਜੁਬਲੀ ਹੋਈ ਆ ਜਮੂ ਵੀ ਸਿਲਵਰ ਜੁਬਲੀ ਪੰਜਾਬ ਤੇ ਹੋਈ ਕਿੰਨੀ ਧਾਵਾਾਂ ਤੇ ਜੀ ਤੇ ਬਹੁਤ ਸਕਸੈਸਫੁਲ ਫਿਲਮਾਂ ਦੇਖੀਆਂ ਨੇ ਜੀ ਪਰ ਉਹ ਵਾਲਾ ਦੌਰ ਹੁਣ ਤਾਂ ਬੜਾ ਚੇਤੇ ਆਉਂਦਾ ਹੋਵੇਗਾ ਵਿਰਿੰਦਰ ਜੀ ਦੇ ਨਾਲ ਪਹਿਲਾਂ ਤਾਂ ਫਿਲਮਾਂ ਸਾਡੀਆਂ ਲੱਗੀ ਰਹਿੰਦੀ ਸੀ ਘਟੋ ਘਟ 17 ਵੀਕ ਅੱਜ ਕੱਲ ਤੇ 2 ਵੀਕ ਦਾ ਰਹਿ ਗਿਆ ਸਮਾਂ ਮ 2 ਵੀਕ ਚ ਬਿਜ਼ਨਸ ਹੋ ਗਿਆ ਜੀ ਹੋ ਗਿਆ ਹੁਣ ਤਾਂ ਇਹ ਚੱਲ ਪਿਆ ਬਾਕਸ ਆਫਿਸ ਪਰ ਇਹ ਨਤੀਜਾ ਆਇਆ ਪਹਿਲੇ ਦਿਨ ਮੇ ਇਤਨਾ ਕਮਾਇਆ ਦੂਸਰੇ ਦਿਨ ਮੇ ਇਤਨਾ ਚੌਥੇ ਦਿਨ ਮੇ ਫਰ ਹਾਂ ਉਸ ਮੇ ਤਸਰੀ ਤਾਂ ਤੁਹਾਨੂੰ ਬਹੁਤ ਚੇਂਜ ਆ ਗਿਆ ਜੀ ਬਹੁਤ ਚੇਂਜ ਜੀ ਮੈਂ ਤੇ आई आई एम एन एग्जांपल ऑफ टेलिंग यू की चेंज आया है न मीसाला तो मैं रहिया बार आईया ते मेनू सब कुछ चेंज लग रहा है हम मैं एक पेंटच गई शूटिंग करने ले मैं लबरी सी ओ, कर, कर, उपन, वो घर खुला कार कि ओ जेड़ा चूल्हा बाहर लाया हो या ओपन वही मैं लबरी सी उन तसारे पिंडा च ਅਵੇਲੀਆ ਲੱਗ ਗਏ ਮਦੱਕਾ ਹੋ ਗਈਆਂ ਉਹ ਉਹ ਕੀ ਆ ਨਾ ਜਿਹੜਾ ਐਟਮੋਸਫੀਅਰ ਜਿਹੜਾ ਸੀਗਾ ਪੁਰਾਣਾ ਪੰਜਾਬ ਗਵਾਚ ਗਿਆ ਪੁਰਾਣਾ ਪੰਜਾਬ ਹਾਂ ਵੈਸੇ ਤੇ ਕਹਿ ਸਕਦੇ ਕਿ ਚਲੋ ਸਕਸੈਸਫੁਲ ਹੋ ਗਏ ਸਾਲ ਇਹ ਆ ਉਹ ਹੈਗਾ ਬਟ ਲੁੱਕ ਵੀ ਪਹਿਲਾਂ ਤੇ ਸਾਨੂੰ ਆਈਦਰ ਤੰਬਾ ਕੁੜਤਾ ਇਹਨੇ ਹੁਣ ਤੇ ਸ਼ਾਰਟਸ ਵਿੱਚ ਘੁੰਮ ਰਹੇ ਸਾਰੇ ਪਹਿਣਾ ਟੀ-ਸ਼ਰਟ ਸ਼ਾਰਟ ਬਾਲ ਸਾਰਿਆਂ ਨੇ 골ਡਨ ਕਿਤੇ ਖੜੇ ਹੈ ਨਾ ਸਰ ਡਿਫਰੈਂਟ ਹੋ ਗਿਆ ਪੰਜਾਬ ਬਹੁਤ ਐਡਵਾਂਸਡ ਹੋ ਗਿਆ ਬਿਲਕੁਲ ਸਹੀ ਗੱਲ ਆ ਪਰ ਆਪਣੇ ਵਿਰਸੇ ਨਾਲ ਵੀ ਜੁੜੇ ਰਹਿਣਾ ਚਾਹੀਦਾ ਮੇਰਾ ਇੱਕ ਸਵਾਲ ਇਹ ਆ ਮੈਂ ਇਹ ਸਮਝਦੀ ਆ ਆਪਣੇ ਪੰਜਾਬੀ ਜਿਹੜੇ ਓਵਰ ਸੀਜ਼ ਰਹਿ ਰਹੇ ਨਾ ਉਹ ਵਿਰਸੇ ਨਾਲ ਜ਼ਿਆਦਾ ਜੁੜੇ ਬਿਲਕੁਲ ਸੱਚ ਤੇ ਬਿਲਕੁਲ ਸਹੀ ਬਿਲਕੁਲ ਮੈਂ ਦੇਖਿਆ ਇਹ ਮੈਂ ਜਦ ਪਹਿਲੀ ਵਾਰ ਗਈ ਨਾ ਮੈਨੂੰ ਉਹ ਕਿਸੇ ਨੇ ਮੈਂ ਐਕਚੁਅਲੀ ਮੁੰਬਈ ਵਿੱਚ ਇਹ ਕਲਚਰ ਨਹੀਂ ਵੇਖਿਆ ਨਾ ਇਹ ਪੰਜਾਬ ਹੈ ਆਪਣਾ ਹੁਣ ਮੈਂ ਵੀ ਕਰਦੀ ਆ ਉਹੀ ਕਰਦੀ ਆ ਤੁਸੀਂ ਮੈਨੂੰ ਫੋਨ ਕਰੋਗੇ ਨਾ मैं हेलो हावर मैं बॉम्बे आया आओ ना आज आ जाओ खाने ते मैं भी पंजाब वर्गी लोग हेलो कर दिया खाने से पहले सद ले थे। थे थे। हाँ। फिर दूजा ਮੈਨੂੰ ਵੀ ਆਦਤ ਹੋ ਗਈ ਤੁਸੀਂ ਪਹਿਲੀ ਵਾਰ ਮੇਰੇ ਘਰ ਆਇਓ ਪਲੀਜ਼ ਮੈਨੂੰ ਪੰਜਾਬ ਤੋਂ ਹੀ ਆਦਤ ਪਈਆ ਬਹੁਤ ਖੂ ਹਾਂ ਓਵਰਸੀਜ਼ ਮੈਂ ਗਈ ਅਰੇ ਮੈਂ ਜਾ ਰਹੀ ਆ ਇਹਨਾਂ ਦੇ ਕਰੇ ਮੈਨੂੰ ਪੈਸੇ ਕਿਉਂ ਦੇ ਰਿਹਾ ਮੈਂ ਪੈਸੇ ਕਿਉਂ ਨਹੀਂ ਨਹੀਂ ਉਸਾਰੇ ਕੇ ਲੈ ਲੋ ਇਹਨਾਂ ਦਾ ਪਿਆਰ ਹੁੰਦਾ ਹੈ ਇਹ ਪੈਸੇ ਦੀ ਗੱਲ ਨਹੀਂ ਹੈ ਮੈਂ ਕਿਹਾ ਮੈਂ ਕਿਸੇ ਤੋਂ ਗਿਫਟ ਨਹੀਂ ਲੈਂਦੀ ਮੈਂ ਵਾਪਸ ਗਿਫਟ ਦੇਣਾ ਪਚਾਉਂਦੀ ਹਾਂ ਫਿਰ ਤੇ ਇਹ ਤੇ ਮੈਨੂੰ ਨਹੀਂ ਚੰਗਾ ਲੱਗਿਆ ਨਹੀਂ ਨਹੀਂ ਬਜ਼ੁਰਗ ਨੇ ਤੁਹਾਨੂੰ ਪਿਆਰ ਦੇ ਰਹੇ ਨੇ ਬਹੁਤ ਖੂ ਹੂੰ ਇਹ ਕਦੇ ਬਸ ਪਿਆਰ ਮੈਨੂੰ ਇੱਕ ਥਾਂ ਤੇ ਬੜਾ ਔਖਾ ਲੱਗਿਆ ਸੀ ਕਿੱਥੇ ਫਿਰ ਉਹ ਮੈਂ ਕਹਿਤਾ ਜੀ ਮੇਰਾ ਫਰਸ ਸ਼ੋ ਸੀਗਾ ਵੈਮਲੀ ਵਿੱਚ ਰਾਜ ਬੱਬਰ ਸਮੀਤਾ ਨਾਲ ਜੀ ਬਹੁਤ ਵੱਡਾ ਸ਼ੋ ਸੀ ਕਿਹੜੇ ਸਾਲ ਦੀ ਗੱਲ ਹੈ ਇਹ ਹੈ 19 89 87 ਚ ਸੀਗਾ ਆਪਣੀ ਲੈਰੀ ਨਾਈਟ ਸੀ ਸਿਤਾਰੋਂ ਕੀ ਮਹਿਫਿਲ ਅੱਛਾ ਮੰਨਾਂ ਕਿ ਨਹੀਂ ਮੈਂ ਕਿਮੀ ਕਾਟ ਕਰ ਸਮੀਤਾ ਪਟੇਲ ਰਾਜ ਬੱਬਰ ਪਤਾ ਨਹੀਂ ਬਾਬਾ ਬਹੁਤ سارے ਐਕਟਰ ਸੀ ਯਾਦ ਵੀ ਨਹੀਂ ਹੁਣ ਮੇਰਾ ਪਹਿਲਾ ਸ਼ੋ ਸੀ ਲਾਈਵ ਜੀ ਸਮਿਤਾ ਨਾਲ ਮੈਂ ਫਿਲਮ ਕਰ ਰਹੀ ਸੀ ਨਜ਼ਰਾਨਾ ਸਾਡੀ ਬਹੁਤ ਹੋ ਗਈ ਸੀ ਯੂਨਿਟ ਮਤਲਬ ਅਟੈਚਮੈਂਟ ਉੱਥੇ ਮੇਰੀ ਸ਼੍ਰੀ ਨਾਲ ਵੀ ਬਹੁਤ ਸੀ ਇਹ ਸਮਿਤਾ ਨਾਲ ਤੇ ਜਦ ਰਾਜਨਾਲ ਤੇ ਮੈਂ ਵੈਸੇ ਹੀ ਕਿਉਂਕਿ ਰਾਜਨਾਲ ਅਰਪਣ ਕੀਤੀ ਰਾਜਨਾਲ ਜੀਵਨ ਪ੍ਰਕਾਸ਼ ਦੀ ਆਸਰਾ ਪਿਆਰ ਦਾ ਕੀਤੀ ਐਜ਼ ਅ ਰੋਇ ਜੀ ਤੇ ਰਾਜ ਬਬਰ ਨੇ ਅਸੀਂ ਇਸ ਤਰ੍ਹਾਂ ਪਲਾਨ ਕੀਤਾ ਸਾਡੀ ਐਂਟਰੀ ਕਿ ਅਸੀਂ ਬੱਪੀ ਲੈਰੀ ਨੂੰ ਕਿਹਾ ਰਾਜ ਜਾਏਗੇ राज गाਉਣਗੇ اپنا کچھ gana अस्मिता जाएगी स्मिता वाज प्रेग्नेंट hmm. ते ए ਦੋਨੋ ਨੇ gana ਸੀ ਤੇ ਇਹਨਾਂ ਨੇ ਗਾਇਆ ਜਨਮ ਜਨਮ ਦਾ ਸਾਥ ਹੈ ਹਮਾਰ ਐਂਡ THEN स्मिता ਬਾਹਰ ਆਈ ਅੰਦਰ ਆਈ ਮਤਲਬ ਬੈਕ ਆਫ ਸਟੇਜ ਐਂਡ ਮੈਂ ਜੁਆਇਨ ਕਰਨਾ ਸੀ ਰਾਜ ਨੇ ਗਾਇਨਾ ਸੀ ਉਹ ਪਿੱਛੇ ਪਿੱਛੇ ਆਂਦਾ ਮੇਰੀ ਪੈਰ ਵਿੱਚ ਦਾ ਆਈ ਤੇ ਮੈਂ ਨੱਚਣਾ ਸੀ ਉਸ ਗਾਣੇ ਹੂੰ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਸ ਟਾਈਮ ਤੇ ਨਹੀਂ ਹੋਇਆ ਇਹ ਸਾਰਾ ਮਤਲਬ ਬਿਕੋਜ਼ ਵੈਂਬਲੀ ਵਰ ਵੱਡਾ ਸਟੇਡੀਅਮ ਐਂਡ ਲੋਕੀ ਬਹੁਤ ਦੂਰ ਬੈਠੇ ਸਹੀ ਤੇ ਮੈਂ ਡਾਂਸ ਕੀਤਾ ਐਂਡ ਐਨਾ ਵਾਂਸ ਮੋਰ ਵਾਂਸ ਦ ਐਂਟਾਇਰ ਆਡੀਅנס ਸਟੂਡ ਅਪ ਤੇ ਮੈਂ ਵਾਪਸ ਆਈ ਅੱਛਾ ਉਸ ਟਾਈਮ ਮੈਂ ਐਨਾ ਡਰ ਰਹੀ ਸੀ ਪਹਿਲੀ ਵਾਰ ਸਟੇਜ ਤੇ ਪਰਫਾਰਮ ਕਰਨ ਜਾਣੀ ਸੀ ਮੀਤਾ ਨੇ ਮੈਨੂੰ ਤੱਕਾ ਦਿੱਤਾ ਸੀ ਔਰ ਐਨਾ ਚੰਗਾ ਪਰਫਾਰਮ ਅਸੀਂ ਕੀਤਾ ਰਾਜ ਤੇ ਮੈਂ ਮੈਂ ਵਾਪਸ ਜਦ ਲੋਟੀ ਤੇ ਫਿਰ ਇਸ ਵਾਪਸ ਜਾਣਾ ਪਿਆ ਸੈਕਿੰਡ ਰਿਪੀਟ ਕੀਤਾ ਉਹਦੇ ਬਾਅਦ ਜਦ ਮੈਂ ਮਲਕੀਤ ਸਿੰਘ ਨਾਲ ਸ਼ੋਅ ਸ਼ੁਰੂ ਕੀਤੇ ਜੀ ਮਲਕੀਤ ਸਿੰਘ ਨੇ ਆਈ ਥਿੰਕ ਆਪਣੇ ਪ੍ਰੋਮੋਟਰਸ ਨੂੰ ਕਿ ਹਾਕੀ ਪ੍ਰੀਤੀ ਸਪਰੂ ਨੂੰ ਲਿਆਓ ਸ਼ੋਅ ਬਹੁਤ ਅੱਛੇ ਰਹੇ ਨਗੇ ਆਈ ਰਿਮੈਂਬਰ ਆਈ ਡੋਨਟ نو 500 ਡਾਲਰ ਵਨ ਟਿਕਟ অর ਸਮਥਿੰਗ ਵਾਸ देयर ਆਈ ਹੈਵ ਥੈਟ ਕਾਰਡ ਆਲਸੋ ਉਹ ਪਹਿਲਾ ਸ਼ੋਅ ਸੀਗਾ ਨਿਊਯਾਰਕ ਦਾ ਯਾ ਕਿਤੇ ਦਾ ਆਈ ਡੋਨਟ ਰਿਮੈਂਬਰ ਆਈ ਥਿੰਕ ਨਿਊਯਾਰਕ ਇਹ ਬਿਲਕੁਲ ਜਿਵੇਂ ਹੁੰਦਾ ਨਾ ਆਪਣਾ ਠੇੜ ਪੰਜਾਬੀ ਸ਼ੋਅ ਵਰਗਾ ਸੀਗਾ ਜਿਹੜਾ ਲੋਕਾਂ ਨੂੰ ਆਦਤ ਹੈ ਆਪਣੇ ਪੰਜਾਬੀਆਂ ਨੂੰ ਚਾਹੇ ਇੱਥੇ ਚਾਹੇ ਉੱਥੇ ਕਿ ਸਿੰਗਰਾ ਨੂੰ ਨਾ ਚੰਗੇ ਗਾਣੇ ਤੇ ਉਹ ਪੈਸੇ ਸੁੱਟਦੇ ਹਨਾ ਸਮਥਿੰਗ ਲਾਈਕ ਦੈਟ ਮੇਰਾ ਮਲਕੀ ਤੇ ਇੰਟਰੋਡਕਸ਼ਨ ਦੇ ਬਾਅਦ ਮੇਰੀ ਇੰਟਰੋਡਕਸ਼ਨ ਆਈ ਮੈਂ ਆਪਣੇ ਗਾਣਿਆਂ ਦੀ ਥੋੜੇ ਥੋੜੇ ਲਾ ਕੇ ਨਾ ਇੱਕ 7-10 ਮਿੰਟਸ ਦਾ ਚਲਕੀਆਂ ਹਾਂ ਚਲਕੀਆਂ ਤੇ ਮੈਂ ਜਿਵੇਂ ਸਟੇਜ ਤੇ ਆਈ ਨਾ ਇੰਨਾ ਪੈਸਾ ਲੋਕਾਂ ਨੇ ਸੁੱਟਿਆ ਸਟੇਜ ਤੇ ਆਈ ਵਾਕਟ ਆਊਟ ਵਿਚੇ I walked out mm -hmm. and I went and I took the mic. Ki sir, please, I request the audience, my Piyari Punjabi audience, please don't throw money. It's giving me an effect of Mujra. Mm. Mm. I'm a daughter of an actor. Very good. Baht are We good. are stage actor. We can act on stage. We can act in front of the screen. बट ये पैसे सुटोगे ना तो ये मैं मुजरा वर्गा लग रहा है तो मेरी रिसेल्फ रिस्पेक्ट चंगा नहीं लग रहा है तुम मलकीत सिंह लो पैसा मैं सिंह आप उठा लो आप ये लोग तो उठाते हैं ना सिंगर्स मैंने उनके मतलब म्यूजिशियंस मैंने कहा आप लोग उठा लीजिए मुझे इससे कोई मतलब नहीं मैंने अपने शो की प्राइस ली है वाह मैं एक्टर हूँ मैंने अपने शो की कीमत ले ली है मैं ऐसा फेंका हुआ पैसा वाह वाह ਕਿਆ ਬਾਤ ਆ ਬਹੁਤ ਖੂਬ ਵੈਸੇ ਬਨੋ ਇੱਕ ਗਲਤ ਜਾਣਕਾਰੀ ਚ ਵਾਦਾ ਕਰਿਓ ਭਈ ਜਵਾਨ ਉਮਰੇ ਆਪਾਂ ਜਦੋਂ ਪੂਰੀ ਕਾਮਯਾਬੀ ਦੇ ਸਿਖਰ ਦੇ ਵੱਲ ਵਧੇ ਹੁੰਨੇ ਆ ਉਦੋਂ ਵਿਸ਼ੇ ਦੀ ਚੋਣ ਤੇ ਕਈ ਵਾਰੀ ਨਹੀਂ ਵੀ ਪਤਾ ਹੁੰਦਾ ਪਰ ਹੁਣ ਤੁਹਾਨੂੰ ਇਹ ਲੱਗਦਾ ਵੀ ਜਦੋਂ ਵਰਿੰਦਰ ਹੋਰੀ ਯਾਮਾ ਮੋਟਰਸਾਈਕਲ ਤੇ ਹੁੰਦੇ ਆ ਉਹ ਕਹਿੰਦੇ ਮਿੱਤਰਾਂ ਦਾ ਫਿੱਟ-ਫਿੱਟਿਆ 90 ਮੀਲ ਦੀ ਸਪੀਡ ਤੇ ਜਾਵੇ ਉਹ ਗਾਣੇ ਕਿਤੇ ਆਉਂਦੇ ਆ ਉਹ ਗਾਣੇ ਤੇ ਤੁਸੀਂ ਮੈਨੂੰ ਉਹ ਉਹ ਤੁਹਾਨੂੰ ਯਾਦ ਦਵਾਤਾ ਮੈਂ ਨਿੰਮੋ ਫਿਲਮ ਦੇ ਵਿੱਚ ਵਿਰਿੰਦਰ ਜੀ ਦੇ ਨਾਲ ਗਾਣੇ ਮਤਲਬ ਬੈਠੀ ਸੀ ਉਹਨਾਂ ਨੇ ਵੀ ਨਹੀਂ ਰਿਅਲਾਈਜ਼ ਕੀਤਾ ਔਰ ਮੈਂ ਉਹ ਪਾਇਆ ਸੀ ਸ਼ਰਾਰਾ ਕਦੇ ਬਾਈਕ ਤੇ ਬੈਠੀ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਉਹ ਸ਼ਾਟ ਲੈ ਰਹੇ ਨੇ ਕੈਮਰਾ ਗੱਡੀ ਚ ਅਸੀਂ ਪਿੱਛੇ ਪਿੱਛੇ ਬਾਈਕ 'ਚ ਚੱਲ ਰਹੇ ਹਾਂ ਉਹ ਕੈਮਰਾ ਸਾਨੂੰ ਫੋਲੋ ਕਰ ਰਿਹਾ ਸਡਨਲੀ मैंने मेरे रहा ना मुंबई च <laughs> मैं पही चाह गया शो ना हो जाए थे मैं रुको रुको रोको, रोको। <laughs> पढ़ के अपनी पजी ग्रो <laughs> ਕੋਈ ਚੀਜ਼ ਆਸੀ ਪਹਿਲੀ ਵਾਰ ਕਰਨ ਜਾਂਦੇ ਨਾ ਸਾਨੂੰ ਉਹਦਾ ਪਤਾ ਹੀ ਨਹੀਂ ਹੁੰਦਾ ਕਿ ਇਹਦਾ ਇਫੈਕਟ ਕੀ ਹੋਗਾ ਕੀ ਪਾਇਆ ਕੀ ਹੈ ਨਾ ਬਹੁਤ ਮਤਲਬ ਉਸ ਟਾਈਮ ਤੇ ਪਤਾ ਬਹੁਤ ਉਹ ਟਾਈਮ ਨਹੀਂ ਬਾਉਂਸਰਜ਼ ਵੀ ਨਹੀਂ ਹੁੰਦੇ ਜਿਹੜੇ ਅੱਜ ਕੱਲ ਸਾਡੇ ਆਰਾਊਂਡ ਚੱਲਦੇ ਆ ਫਿਲਮਾਂ 'ਚ ਨਾ ਪਹਿਲੇ ਕਿਤੇ ਬਾਉਂਸਰ ਹੁੰਦੇ ਸੀ ਅਸੀਂ ਪੁਲਿਸ ਸੱਦੇ ਸੀ ਕਿਉਂਕਿ ਬਹੁਤ ਪਬਲਿਕ ਤੇ ਬਹੁਤ ਘੇਰ ਤੇ ਉਸ ਟਾਈਮ ਤੇ ਜ਼ਿਆਦਾ ਸੀਗਾ ਕੋਈ ਐਕਟਰ ਸ਼ੂਟਿੰਗ ਕਰ ਰਿਹਾ ਪਿੰਡਾਂ ਉਹ ਐਨੀ ਭੀੜ ਹੁੰਦੀ ਸੀ ਐਨੀ ਭੀੜ ਮੈਂ ਜਦ ਲਾਸਟ ਫਿਲਮ ਪੰਜਾਬੀ ਕੀਤੀ ਸਿਕੰਦਰ 2000 2020 2020 ਨਹੀਂ 22 ਹੈ ਨਾ ਮਤਲਬ 2002 ਚ 2002 ਚ ਹਾਂ ਮੈਂ ਜਦ ਕੀਤੀ ਬਠਿੰਡੇ ਸ਼ੂਟਿੰਗ ਸੀ ਤੇ ਮੈਂ ਤਿਆਰ ਹੋ ਕੇ ਜਿਸ ਪਿੰਡ ਚ ਗਈ ਨਾ ਜਿੱਥੇ ਸ਼ੂਟਿੰਗ ਹੋਣੀ ਸੀ ਉਹਦੇ ਵੀ ਦੋ ਇਨਸੀਡੈਂਟਸ ਮੈਨੂੰ ਬਹੁਤ ਯਾਦ ਹੈ ਇੱਕ ਤਾਂ ਪਹੁੰਚਦੇ ਹੀ ਮੈਨੂੰ ਲੱਗਿਆ ਇਹ ਬੱਚਿਆਂ ਦੇ ਸਕੂਲ ਚ ਆ ਗਏ ਐਨੇ ਬੱਚੇ ਪਿੰਡ ਚ ਘੁੰਮ ਰਹੇ ਸਾਰੇ ਬੱਚੇ ਹੀ ਬੱਚੇ ਮੈਂ ਬੁਲਾ ਆਂ ਆਠੇ ਉਹ ਯੂਨਿਟ ਦੇ ਪਰਨੇ ਨੂੰ ਮੈਂ ਕਿਹਾ ਚਾਹ ਬੱਚੇ ਬੱਚੇ ਸਕੂਲ ਸਕੂਲ ਨਹੀਂ ਗਏ ਤੇ ਕਹਿੰਦੇ ਸਕੂਲ ਨੇ ਨਾ ਛੁੱਟੀ ਕਰਤੀ ਕਿ ਤੁਸੀਂ ਪਿੰਡ ਚ ਛੁੱਟੀ ਵਾ ਵਾ ਅੱਛਾ ਮਤਲਬ ਐਨੀ ਫੈਨ ਫੋਲੋਇੰਗ ਜਿਹੜੀ ਮੈਂ ਵੇਖੀ ਹੈ ਨਾ ਸ਼ਾਇਦ ਹੀ ਕੋਈ ਉਸ ਟਾਈਮ ਤੇ ਵਿਰੇਂਦਰ ਜੀ ਨਾਲ ਇੱਕ ਦਿਨ ਮੈਂ ਸ਼ੂਟਿੰਗ ਪੈਕਅਪ ਕਰਕੇ ਨਾਰਾਜ਼ ਬੈਠੀ ਰਹੀ ਪੁਲਿਸ ਸਿਕਿਉਰਿਟੀ ਆਈ ਨਹੀਂ ਇਹਨਾਂ ਦੇ ਪ੍ਰੋਡਕਸ਼ਨ ਮੈਨ ਹੀ ਕੰਟਰੋਲ ਕਰ ਰਹੀ ਸੀ ਪਬਲਿਕ ਤੇ ਉਹ ਉਸ ਟਾਈਮ ਕਿਸੇ ਯੰਗਸਟਰ ਨੇ ਮੈਨੂੰ ਛੂ ਲਿਆ ਸ਼ਾਇਦ ਪਿੱਛੋਂ ਆ ਕੇ ਲੋ ਪ੍ਰੀਤੀ ਪ੍ਰੀਤੀ ਕਰਕੇ ਬਿੱਲੋ ਬਿੱਲੋ ਮੈਨੂੰ ਸਾਰੇ ਬਿੱਲੋ ਬਿੱਲੋ ਕਹਿੰਦੇ ਸੀ ਤੇ ਬਿੱਲੋ ਕਰਕੇ ਹਾਂ ਬਿਹਾ ਮੇਰਾ ਨਾਮ ਬਿੱਲੋ ਸੀਗਾ ਬਹੁਤ ਫਿਲਮਾਂ ਚ ਵੀ ਸੀ ਔਰ ਮੈਨੂੰ ਪਿੰਡਾਂ ਚ ਲੋਕ ਉਹ ਹੀ ਕਹਿੰਦੇ ਸੀ ਬਿੱਲੋ ਆ ਗਈ ਬਿੱਲੋ ਆ ਗਈ तो मैं किसी ने ना इसे बंदे बंदे ने किसी यंग्री तो आई अपनी करना। मैं शूटिंग करा तो मैं जाके बैठ गई पम्मी जी मिसिज वरेंद्र मैंने मना लिया इन्हें नहीं पुलिस सद ली है पुलिस आ गई है मेरे ना उस वक्त वैसे सरपंच के बाद एक दौ बहुत करेज हो गया मैनू याद है आसरा प्यार आसरा प्यारदा रोपड़ शूटिंग चल रही थे ਤੇ 모ਹਨ ਬੱਗੜ ਉਹ ਮੇਰੇ ਕੋਲ ਲਾਇ ਪ੍ਰੀਤੀ ਆਸਰਾ ਪਿਆਰ ਦਾ ਉਹ ਉਦੀ ਫਿਲਮ ਲੱਗੀ ਸੀ ਤੇ ਅਸਰੀ ਆਸਰਾ ਪਿਆਰ ਦਾ ਦੇ ਸੈਟ ਤੋਂ ਬੱਗੜ ਉਹ ਫਾਈਟ ਮਾਸਟਰ ਸੀਗੇ ਮੈਂ ਹੀਰੋਇਨ ਸੀ ਤੇ ਅਸੀਂ ਗਏ ਇਹ ਸ਼ੋਅ ਅਟੈਂਡ ਕਰਨ ਲਈ ਇਹ ਪਹਿਲੀ ਵਾਰ ਮੈਂ ਇਨੀ ਪਬਲਿਕ ਵਿੱਚ ਸਟੇ ਮਤਲਬ ਥੀਏਟਰ ਵਿੱਚ ਗਈ ਸੀ ਮੈਂ ਬਾਅਦ ਵਿੱਚ ਮੰਮੀ ਨੂੰ ਕਿਹਾ ਮੈਂ ਤੂੰ ਆਪਨੇ ਮੈਨੂੰ ਐਡਵਾਈਸ ਕਿਉਂ ਨਹੀਂ ਕੀਤੀ ਸਲਵਾਰ ਪਾਣ ਲਈ ਮੈਂ ਚੂੜੀਦਾਰ ਪਾ ਕੇ ਗਈ ਮੈਂ ਇੰਨੀ ਨਰਵਸ ਹੋ ਗਈ ਸੀ ਇੰਨੀ ਪਬਲਿਕ थी पता आवाज एंड ऑल ना मेरे मैं क्या मेरे पैर हिल रहे ਸੀ ਉਹ ਚੂੜੀਦਾਰ ਵਿੱਚ ਤੇ ਲੱਗੇਗਾ ਜਿਵੇਂ ਮੈਂ ਕਥਕ ਕਰ ਰਹੀ ਹਾਂ ਜੀ 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 ਪਰ ਸ਼ਰਾਰਤਾ ਤਾਂ ਤੁਸੀਂ ਵੀ ਸੈੱਟ ਤੇ ਬਹੁਤ ਕੀਤੀਆਂ ਕਦੀ ਮਿਰਚ ਵਾਲੀ ਚਾਹ ਪਿਆਤੀ ਜਿਹਦੇ ਵਿੱਚ ਨੂਨ ਪਾ ਦਿੱਤਾ ਇਹ ਸ਼ਰਾਰਤਾ ਵੀ ਹੁਣ ਚੇਤੇ ਆਉਂਦੀਆਂ ਹੋਣਗੀਆਂ ਹਾਂ ਉਸ ਦਾ ਹੀ ਤੇ ਤਬਰ ਵਾਲਾ ਮਾਹੌਲ ਬਣ ਜਾਂਦਾ ਨਾ ਹਾਂ ਜੀ ਉਹ ਮੈਂ ਤੁਹਾਨੂੰ ਦੱਸਦੀ ਹਾਂ ਅੱਜ ਉਹ ਸ਼ਰਾਰਤਾ ਔਰ ਸਭ ਨਹੀਂ ਹੋ ਸਕਦੀ ਹਰ ਬੰਦਾ ਵੈਨਿਟੀ ਵੈਂਚੇ ਵੜਿਆ ਜੀ ਉਹ ਸਿਰਫ ਆਪਣਾ ਸ਼ਾਟ ਦੇਣ ਲਈ ਬਾਹਰ ਸੰਨਾਲਾਂਦਾ ਸੈਟ ਤੇ ਆਪਣਾ ਸ਼ਾਰਟ ਦੇਂਦਾ ਫਿਰ ਚਲੇ ਜਾਂਦਾ ਵੈਂਟੀ ਤੇ ਸ਼ਰਾਰਤਾਂ ਤੁਸੀਂ ਕਿੱਥੇ ਕਰੋਗੇ ਪਰ ਉਹ ਸ਼ਰਾਰਤ ਬਾਰੇ ਦੱਸ ਵੀ ਦਿਓ ਥੋੜਾ ਜਿਹਾ ਵੀ ਹੋਇਆ ਕੀ ਸੀ ਹਾਂ ਉਹਦਾ ਯਾਰੀ ਜੜਦੀ ਦੇ ਸੈਟ ਤੇ ਵੀਰ ਵੇਟਿੰਗ ਐਂਡ ਬਹੁਤ ਮਤਲਬ ਉਹ ਸੈਟ ਓਪਨ ਕਿਚਨ ਨਾ ਜਿਹੜਾ ਹੁੰਦਾ ਸਾਡੇ ਪਿੰਡਾਂ ਚ ਉਹ ਸੈਟ ਲੱਗਿਆ ਸੀ ਮੈਂ ਚਾਹ ਪਾ ਕੇ ਮੈਨੂੰ ਲੈ ਕੇ ਆਣਾ ਸੀ ਮੇਰੀ ਜੋ ਸਟੈਪ ਮਦਰ ਹੈ ਨਾ ਪਰਮਿੰਦਰ ਸੰਧੂਸੀ ਉਹਦੇ ਵਿੱਚ ਉਹ ਪਹਿਲੀ ਵਾਰ ਫਿਲਮ ਕਰ ਰਹੀ ਸੀ ਉਹ ਕਾਲਜ ਪੜਾਉਂਦੀ ਸੀ ਜੀ ਤੇ ਵੀਰਿੰਦਰ ਜੀ ਨੇ ਕਿਹਾ ਪ੍ਰੀਤੀ ਉਹ ਬੁੱਢਾ ਜੋ ਸ਼ਰਨਦੀਪ ਲੈ ਕੇ ਆਇਆ ਨਾ ਬੂੜਾ ਤੇ ਤੁਹਾਡੇ ਲਈ ਵਿਆਹ ਕਰਾਉਣ ਲਈ ਸਟੈਪ ਮਦਰ ਨੇ ਫਿਕਸ ਕੀਤਾ ਉਹ ਪੈਸੇ ਮਿਲ ਰਹੇ ਉਹਨੂੰ ਉਹ ਬਾਰੋ ਆਇਆ ਹਾਂ ਉਹ ਮੈਨੂੰ ਵੇਚ ਰਹੀ ਹੈ ਜੀ ਬਾਰੋ ਆਇਆ ਤੇ ਯੰਗ ਕੁੜੀ ਦਾ ਵਿਆਹ ਦੇ ਨਾਲ ਕਰਾ ਰਹੀ ਤੇ ਮੈਂ ਚਾ ਲੈ ਕੇ ਜਾਣੀ ਸੀ ਵੀਰਿੰਦਰ ਜੀ ਮੋਸਲੀ ਕੀ ਕਹਿੰਦੇ ਸੀ ਰਿਹਸਲ ਕਰ ਲੋ ਉਸ ਟਾਈਮ ਨਾ ਨੈਗੇਟਿਵ ਸਾਡਾ ਹੁੰਦਾ ਸੀ ਅੱਜ ਕੱਲ ਤੇ ਤੁਸੀਂ ਜਿੰਨਾ ਚਾਹੋ ਸ਼ਾਰਟ ਲੈ ਲਓ ਕੰਪਿਊਟਰ ਚ ਪਿੱਛੇ ਅੱਗੇ ਕਰਕੇ ਉਸ ਟਾਈਮ ਨੈਗੇਟਿਵ ਵੇਸਟ ਹੁੰਦਾ ਸੀ ਨਾ ਜੇ ਰੀਟੇਕ ਹੋਏ ਤੇ ਫਿਰ ਇਧਰ ਜੀ ਨੇ ਕੀ ਕਿਹਾ ਹਮੇਸ਼ਾ ਕਰਨਾ ਰਿਹਸਲ ਕਰ ਲੋ ਫਿਰ ਟੇਕ ਕਰਾਂਗੇ ਤੇ ਮੈਂ ਦੇਖਿਆ ਇੱਕਦਮ ਬੋਰਿੰਗ ਹੋ ਰਿਹਾ ਥੋੜਾ ਸੈਟ ਚ ਨਾ ਕੋਈ ਆਵਾਜ਼ ਨਹੀਂ ਕੋਈ ਕੁਝ ਨਹੀਂ ਸਭ ਬਹੁਤ ਬੋਰ ਹੋ ਰਹੇ ਨੇ ਮੈਂ ਕੀ ਕੀਤਾ ਰਿਹਸਲ ਵਿੱਚ ਉਹ ਚਾਹ ਕੁਮਾਈ ਤੇ ਫਿਰ ਜਾ ਕੇ ਮੈਨੂੰ ਬੈਠਣਾ ਉੱਥੇ ਬੈਠਣਾ ਸੀ ਕਿਚਨ ਜਿਹੜਾ ਓਪਨ ਗੇ ਤੇ ਮੈਂ ਜਾ ਕੇ ਉੱਥੇ ਦੇਖਿਆ ਡੱਬਾ ਪਿਆ ਸੀ ਨਮਕ ਉਮਾਂ ਨੂੰ ਹੋਰ ਮਿਰਚ ਉਰਤੀ ਦਾ ਮੈਂ ਉਹ ਪਾਤਾ ਸੌਰੀ ਚਾਂਚ ਹੁਣ ਮੈਨੂੰ ਪਤਾ ਸੀ ਕਿ ਸ਼ਾਰਟ ਹੈ ਤੇ ਰਿਹਸਲ ਵਿੱਚ ਸਾਰੇ ਐਸੀ ਕਰਦੇ ਨਾ ਕੀ ਪਿਕਅਪ ਕਰਕੇ ਬੰਦਾ ਐਸੇ ਲਗਾਇਆ ਰੱਖ ਦਿਆ ਕਿ ਚਾਹ ਖਤਮ ਨਾ ਹੋ ਜਾਵੇ ਹਾਂ ਖਤਮ ਨਾ ਹੋ ਜੀ ਤੇ ਟੇਕ ਵਿੱਚ ਸਾਰਿਆਂ ਨੇ ਪੀਣਾ ਸੀ ਸ਼ਾਟ ਵਿੱਚ ਮੈਨੂੰ ਵੇਖਦਾ ਉਹ ਪੀ ਰਿਹਾ ਬੁੜਾ ਹੈਨਾ ਤੇ ਇਸ ਤਰ੍ਹਾਂ ਉਹਦੀ ਅੱਖਾਂ ਬਾਰ ਆ ਗਈਆਂ ਦੇਖਦੇ ਇਸ ਤਰ੍ਹਾਂ ਦਾ ਸਾਰੇ ਨੇ ਪੀਦਾ ਸੀ ਸ਼ਰਨ ਉਹਨੇ ਪਰਿੰਦੇ ਜੀ ਸੀ ਜਿਹੜੇ ਨਾ ਪਰਿੰਦਾ ਉਹਨਾਂ ਦਾ ਨਾ ਸੀ ਨਾ ਜਿਹੜੇ ਲੇਡੀ ਵੀ ਬਣ ਕੇ ਕਰਦੇ ਸੀ ਤੇ ਮੈਂ ਹੁਣ ਨੂੰ ਲੂਨ ਔਰ ਮਿਰਚਾ ਪਾਤੀ ਚਾਹ ਜਦ ਮੈਂ ਚਾਹ ਤਾਂ ਇਹ ਬਾਇਸ ਸੈੱਟ ਇਹਨਾਂ ਨੇ ਸਾਰਿਆਂ ਨੇ ਅੰਦਰ ਲੈ ਲਿਆ ਉਹ ਜੀਵੇ ਵਿਰਿੰਦਰ ਜੀ ਨੇ ਸ਼ਾਰਟਕਟ ਕੀਆ ਸਾਰੇ ਕਰਕੇ ਤੇ ਪਰ ਆ ਕੇ ਉਹਨੇ ਚਾਹ ਚੋ ਸੀ ਤੇ ਵਿਰਿੰਦਰ ਜੀ ਨੇ ਮੈਂ ਕਿਹਾ ਤੁਸੀਂ ਸਾਰੇ ਬੜੇ ਯੂ نو ਲੱਗ ਰਹੇ ਸੀ ਬੜੇ ਉਦਾਸ ਸੇ ਤਾਂ ਮੈਂ ਸੋਚਿਆ ਐਕਟਿਵ ਕਰ ਦਿਆ ਸਾਰਾ ਇਹਨੀਆਂ ਮਿੱਠੀਆਂ ਪਿਆਰੀਆਂ ਯਾਦਾਂ ਹਾਂ ਵਿਰਿੰਦਰ ਤੇ ਬਾਕੀ ਪੰਜਾਬੀ ਅਦਾਕਾਰਾਂ ਦੇ ਨਾਲ ਹੈਗੀਆਂ ਹਾਂਜੀ ਪਰ ਜਦੋਂ ਲੁਧਿਆਣਾ ਦੇ ਇੱਕ ਪਿੰਡ ਦੇ ਵਿੱਚ ਜੱਟ ਤੇ ਜ਼ਮੀਨ ਫਿਲਮ ਦੇ ਮੌਕੇ ਵਿਰਿੰਦਰ ਦਾ ਕਤਲ ਹੋ ਜਾਂਦਾ ਜੀ ਉਸ ਕਤਲ ਤੋਂ ਬਾਅਦ ਮਨ ਦੇ ਕੀ ਭਾਵ ਸੀਗੇ ਹਾਂ ਉਸ ਕਤਲ ਉਸ ਤੋਂ ਪਹਿਲਾਂ ਵਿਰਿੰਦਰ ਜੀ ਜਿਵੇਂ ਹੋ ਸਕਦਾ ਹੈ ਨਾ ਕਿ ਪਤਾ ਨਹੀਂ ਆਤਮਾ ਨੂੰ ਪਤਾ ਹੁੰਦਾ ਕਿ ਮੈਂ ਜਾਣਾ ਉਹਨੇ ਦੁਸ਼ਮਣੀ ਦੀ ਅਗਦੇ ਸੱਟਦੇ ਮੈਨੂੰ ਕਿਹਾ ਕਿ ਪ੍ਰੀਤੀ ਤੂੰ ਫਿਲਮ ਕਿਉਂ ਨਹੀਂ ਬਣਾ ਲੈਣੀ ਤੇ ਰਿਕੋਲ ਕਰਦੇ ਐਕਟਰ ਨੇ ਮਾਨ ਸਾਹਿਬ ਮੈਂ ਧਰਮ ਜੀ ਤੂੰ ਫਿਲਮ ਪ੍ਰੋਡਿਊਸ ਕਰ ਅਸੀਂ ਸਾਡੇ ਸਾਰੇ ਕੰਮ ਕੰਮ ਕਰਾਂਗੇ ਜਦ ਤੂੰ ਫਿਲਮ ਵੇਚੇਗੀ ਸਾਨੂੰ ਪੇ ਕਰ ਦੇਣਾ ਤੇ ਮੈਂ ਸੋਚਿਆ ਨਾਟ ਬੈਡ ਆਈਡੀਆ ਮੈਂ ਕਰ ਲੈਣੀ ਹੁ ਉਹਨਾਂ ਨੇ ਮੈਨੂੰ ਸਕ੍ਰਿਪਟ ਜਿਹੜਾ ਹੁੰਦਾ ਨਾ ਪੰਜਾਬੀ ਫਿਲਮ ਚ ਕਿਵੇਂ ਲਿਖਣਾ ਚਾਹੀਦਾ ਉਹ ਲਿਖਣਾ ਸਿਖਾਇਆ ਉਹਨਾਂ ਨੇ ਮੈਨੂੰ ਮਤਲਬ ਉਸ ਰਾਤੇ ਪਾ ਕੇ ਰਿਕਾਰਡਿੰਗ ਰੱਖ ਲਈ ਸੀ ਅਸੀਂ ਸਨੀ ਵਿੱਚ ਜੱਟ ਤੇ ਜ਼ਮੀਨ ਮੈਨੂੰ ਇਹ ਆਫਰ ਹੋਈ ਸੀ ਮੈਂ ਰਿਫਿਊਜ਼ ਕੀਤੀ ਕਿ ਫਿਰ ਮੈਂ ਅਗਰ ਆਪਣੀ ਫਿਲਮ ਸ਼ੁਰੂ ਕਰ ਰਹੀ ਹਾਂ ਤਾਂ ਮੈਂ ਤਿਆਰੀ ਵੀ ਕਰਾਂਗੀ ਤੇ ਤੂੰ ਜੱਟ ਤੁਸੀਂ ਜੱਟ ਤੇ ਜ਼ਮੀਨ ਸ਼ੂਟ ਕਰਕੇ ਆ ਜਾਓ ਅਸੀਂ ਗਾਣੇ ਰਿਕਾਰਡ ਕਰਕੇ ਨਿਕਲ ਜਾਵਾਂਗੇ ਸਾਡੇ ਆਊਟਡੋਰ ਮੈਂ ਆਈ ਸੀ athe ਲੋਕੇਸ਼ਨ ਦੇਖਣ ਲਈ ਲੁਧਿਆਣੇ ਮੈਂ ਮਿਸਿਸ ਵਿਰਿੰਦਰ ਨਾਲ ਜਾ ਕੇ ਜਿਹੜੇ ਜਿਹੜੇ ਵਿਰਿੰਦਰ ਜੀ ਨੇ ਕਿਸੇ ਨੂੰ ਭੇਜਿਆ ਸੀ ਸਾਡੇ ਨਾਲ ਕਿ ਜਾ ਕੇ ਇਹਨਾਂ ਨੂੰ ਲੋਕੇਸ਼ਨ ਦਿਖਾ ਦਿਓ ਜੀ ਤੇ ਅਸੀਂ ਸਾਰੇ ਉਹ ਲੋਕੇਸ਼ਨ ਵੇਖ ਕੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇਟ ਵਾਸ ਜਸਟ ਲਾਸਟ ਗਲਿੰਸ ਆਫ ਹਿਮ ਵੇਅਰਿੰਗ ਬਲੈਕ ਤੰਬਾ ਐਂਡ ਅ ਕੁਰਤਾ ਵਿਚ ਹੈਡ ਬਲੂ ਐਂਡ ਬਲੈਕ ਪ੍ਰਿੰਟ ਐਂਡ ਅਸੀਂ ਵਿਰਿੰਦਰ ਜੀ ਨੂੰ ਮੈਸਜ ਵਿਰਿੰਦਰ ਐਂਡ ਮੈਂ ਐਪੋਰਟ ਜਾ ਰਹੇ ਹੁਨਾਂ ਨੂੰ ਬਾਏ ਬਾਏ ਕੀਤਾ ਲਾਸਟ ਉਹਨਾਂ ਨੂੰ ਉਹ ਵੇਖਿਆ ਆਹ ਉਹਦੇ ਬਾਅਦ ਅਸੀਂ ਆ ਗਏ ਬੰਬੇ ਦੋ ਕਿ ਤਿੰਨ ਦਿਨਾਂ ਬਾਅਦ ਹੀ ਮੇਰੇ ਫਲਾਟ ਜਿੱਥੇ ਸੀ ਉਥੇ ਉਪਰ ਹੀ ਗੁਰਦਾਸਵਾਨ ਮਨਜੀਤਮਾਨ ਜੀ ਰਹਿੰਦੇ ਸੀ ਉਥੇ ਸ਼ਿਫਟ ਹੋਏ ਸੀ ਮੈਂ ਹੀ ਉਹਨਾਂ ਨੂੰ ਕਿਹਾ ਸੀ ਬੰਬੇ ਸ਼ਿਫਟ ਹੋ ਜਾਉਗਾ ਜਦ ਉੱਚਾ ਦਰ ਤੇ ਉਹ ਉੱਤੇ ਹੀ ਰਹਿੰਦੇ ਸੀ ਤੇ ਉਹਨਾਂ ਦਾ ਸੈਕਟਰੀ ਮੇਰੇ ਕੋਲ ਭੱਜਾ ਭਜਾ ਆਇਆ ਉਸ ਦਿਨ ਜੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਰਾਤ 10:00 ਵਜੇ ਉਹ ਭੱਜਾ ਭਜਾ ਆਇਆ ਆਈ ਥਿੰਕ ਉਹਨੇ ਨਾ ਮੇਰੀ ਉਹ ਕਿਉਂਕਿ ਮਾਨ ਸਾਹਿਬ ਨੂੰ ਪਹਿਲੇ ਪਤਾ ਲੱਗ ਗਿਆ ਸੀ ਵਿਰੇਂਦਰ ਦੀ ਸ਼ਾਟ ਧਰਮਜੀਤ ਦੇ ਘਰੋਂ ਵੀ ਮਤਲਬ ਨਿਊਜ਼ ਤੋਂ ਨੇਫਰਨਟਲੀ ਉੱਤੇ ਮਿਸਿਸ ਵਿਰੇਂਦਰ ਨੂੰ ਚਲੀ ਗਈ ਸੀ ਉਹ ਬੇਹਾਲ ਹੋ ਗਏ ਸਾਰਾ ਕੁਝ ਉੱਤੇ ਮੈਨੂੰ ਯਾਦ ਹੈ ਕਿ ਮੇਰੇ ਘਰ ਦੀ ਘੰਟੀ ਇਸ ਤਰ੍ਹਾਂ ਉਹ ਸੈਕਟਰੀ ਨੇ ਉਸ ਦਿਨ বাজਾਈ ਸੀ ਔਰ ਮੈਂ ਐਸੇ ਦਰਵਾਜ਼ਾ ਖੋਲਿਆ ਅੰਦਰ ਵਿਰੇਂਦਰ ਜੀ ਸ਼ਾਟ ਆਈ ਵਾਸ ਜਸਟ ਸਟੰਡ ਆਈ ਜਸਟ ਕੂਨਟ ਬਲੀਵ ਇਟ ਕੋਜ਼ ਉਹ ਬੰਦਾ ਹਮੇਸ਼ਾ ਕਹਿੰਦਾ ਸੀ ਅਸੀਂ ਟੈਰਰਿਜ਼ਮ ਪੀਰੀਅਡ ਚ ਫਿਲਮ ਸ਼ੂਟ ਕਰਦੇ ਰਹੇ। ਔਰ ਮੈਂ ਵਿਰਿੰਦਰ ਜੀ ਨੂੰ ਮੇਰੀ ਮੰਮੀ ਕਹਿੰਦੀ ਸੀ ਭਾਜੀ ਜੀ ਇਹ ਸੇਫ ਹੈ ਅਸੀਂ ਸ਼ੂਟਿੰਗ ਕਰ ਰਹੇ ਹਾਂ ਨਾ ਇੱਥੇ ਪੰਜਾਬ ਚ ਮਾਹੌਲ ਖਰਾਬ ਹੈ। ਤੇ ਵਿਰਿੰਦਰ ਜੀ ਕਹਿੰਦੇ ਸੀ ਸਾਨੂੰ ਕੀ ਪ੍ਰੋਬਲਮ ਸਾਨੂੰ ਤੇ ਇੰਨਾ ਲਵ ਕਰਦੀ ਹੈ ਪਬਲਿਕ ਸਾਨੂੰ ਅਸੀਂ ਸਾਨੂੰ ਇੰਨਾ ਪਿਆਰ ਕਰ ਦਿਆ ਸਾਨੂੰ ਕੋਈ ਕੁਝ ਨਹੀਂ ਕਰੇਗਾ। ਹੂੰ ਉਸ ਵਿਸ਼ਵਾਸ ਨਾਲ ਅਸੀਂ ਸ਼ੂਟਿੰਗ ਕਰਦੇ ਸੀ ਆ ਕੇ ਕਈ ਵਾਰ ਸਾਨੂੰ ਰੋਕਿਆ ਲੋਕਾਂ ਨੇ ਜਾਣ ਦਿੱਤਾ ਅੱਛਾ ਯਾ ਪੁਲਿਸ ਤੇ ਵੈਸੇ ਪੁੱਛਦੀ ਸੀ ਗੱਡੀ ਰੋਕ ਰੋਕ ਕੇ ਕੁਝ ਬੰਦੇ ਉਹਨੇ ਵੀ ਮਤਲਬ ਹੋ ਸਕਦੇ ਉਹਨਾਂ ਦਾ ਕੁਝ ਟੈਰਰਿਜ਼ਮ ਲਿੰਕ ਤੁਹਾਨੂੰ ਵੀ ਕਦੇ ਖਤਰੇ ਵਾਲੇ ਫੋਨ ਆਏ ਸੀ ਧਮਕੀ ਵਾਲੇ ਜਾਂ ਤੁਹਾਨੂੰ ਕਦੇ ਕੋਈ ਇਦਾਂ ਲੱਗਾ ਹੋਵੇ ਕਿ ਜਾਨ ਨੂੰ ਖਤਰਾ ਨਹੀਂ ਕਦੇ ਨਹੀਂ ਹਮ ਕਦੇ ਨਹੀਂ ਆਏ ਜਦ ਵਿਰਿੰਦਰ ਜੀ ਦੀ ਡੈਥ ਹੋਈ ਨਾ ਫਿਰ ਮੈਨੂੰ थोड़े चेर ले ये लग गया कि फिल्म इंडस्ट्री साड़ी बंद हो चुकी इन्ना व्डा फिल्म मेकर एक्टर शॉट हो गया कोई हिम्मत ही नहीं करेगा जी। उस टाइम से मैनू याद है कि मैं उ फिल्म फिर कुरबानी जट की लॉन्च की गुरदास मान जी ने मैनु कॉन्फिडेंस दिता कि प्रीति तू डायरैक्ट कर सकती है मैं फिर डायरैक्ट की थी। और अपना की कहें मेरे बाद इकबाल ढेलो उन्हें भी बद फिल्म बदला जट्टी पर लॉन्च की ਵੀ ਟ੍ਰਾਈਡ ਟੂ ਸੇਵ ਆਵਰ ਇੰਡਸਟਰੀ ਬਿਲਕੁਲ ਦੇਖੋ ਇਹ ਜਿਹੜੀ ਫਿਲਮ ਇੰਡਸਟਰੀ ਹੈ ਨਾ ਇਹਦੇ ਵਿੱਚ 75 ਇਅਰਸ ਤੋਂ ਲੋਕੀ ਕੰਟ੍ਰਿਬਿਊਟ ਕਰੀ ਜਾ ਰਹੇ ਨੇ ਸਾਡੋ ਸਾਡੇ ਤੋਂ ਪਹਿਲਾਂ ਬਹੁਤ ਸਾਰੇ ਸੀਗੇ ਹੈ ਨਾ ਇੰਦਰਾ ਬਿੱਲੀ ਕੌਣ ਕੌਣ ਬਹੁਤ ਸਾਰੇ ਨਾ ਐਕਟਰ ਸੀ ਬਹੁਤ ਸਾਰੇ ਪ੍ਰੋਡਿਊਸਰ ਡਾਇਰੈਕਟਰ ਸੀ ਜਿਨ੍ਹਾਂ ਨੇ ਫਿਲਮਾਂ ਬਣਾਈਆਂ ਨੇ ਉਹਨਾਂ ਨੇ ਦਰਖਤ ਲਾਇਆ 75 ਇਅਰਸ ਬੈਕ ਉਹਨੂੰ ਅਸੀਂ ਸਾਰੇ ਪਾਣੀ ਦੇਂਦੇ ਜਾ ਰਹੇ ਆ ਉਹ ਫਲ ਰਾ ਫੁੱਲ ਰਾ ਅੱਜ ਪਰ ਉਹ ਕਮੀ ਤਾਂ ਜ਼ਰੂਰ ਖੱਲੀ ਹੋਏਗੀ ਕਿਤਨਾ ਕਿਤੇ ਉਹ ਬਹੁਤ ਅੰਦਰੋਂ ਤੰਗ ਕੀਤਾ ਹੋਏਗਾ ਉਸ ਕਮੀਰੇ ਵੀ ਕਿੱਥੇ ਉਹਨਾਂ ਦੇ ਨਾਲ ਮਿਲ ਕੇ ਉਹ ਫਿਲਮ ਬਣਾਉਣੀ ਸੀ ਤੇ ਕਿੱਥੇ ਕੱਲਿਆਂ ਨੂੰ ਸਾਰਾ ਕੁਝ ਸਾਂਭਣਾ ਪਿਆ ਹਾਂ ਬਟ ਆਈ ਥਿੰਕ ਕਿਤੋਂ ਮੈਨੂੰ ਲੱਗਦਾ ਉਤੋਂ ਉਹ ਵੀ ਬLES ਕਰ ਰਹੇ ਹੋਣਗੇ ਐਂਡ ਰੱਬ ਦੀ ਇਹ ਮਰਜ਼ੀ ਨਾ ਕਿ ਮੈਂ ਫਿਲਮ ਉਹ ਡਾਇਰੈਕਟ ਕਰਦੀ ਉਹ ਫਿਲਮ 17 ਵੀਕ ਚੱਲੀ ਸੀ ਲੋਕ ਜਾਰੀ ਬਹੁਤ ਕਾਮਯਾਬ ਕੁਰਬਾਨੀ ਜੀ ਆ ਮੇਡ ਮਨੀ ਤੇ ਉਹਦੇ ਬਾਅਦ ਮੈਂ ਮਹਿੰਦੀ ਸ਼ਕਨਾ ਦੀ ਬਣਾਈ ਆ ਮੇਡ ਮਨੀ ਆ ਮੇਡ ਸਭ ਕਰ ਤਿੱ ਗਿਆ ਬਹੁਤ ਖੂਬ ਤੇ ਵਰਿੰਦਰ ਨੂੰ ਤੇ ਜਿੰਨੇ ਵੀ ਪੰਜਾਬੀ ਕਲਾਕਾਰ ਚੰਗੇ ਆ ਉਹਨਾਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਹਾਂਜੀ ਬਿਲਕੁਲ ਆਸਮਾਨ ਹੋਰਾਂ ਨਾਲ ਬੜੀਆਂ ਫਿਲਮਾਂ ਕੀਤੀਆਂ ਸतीश ਕੋਲ ਨਾਲ ਵੀ ਕੀਤੀਆਂ ਇੱਕ ਹਾਂ ਸੁਹਾਗ ਚੂੜਾ ਹੂੰ ਸतीश ਜਦ ਫਿਲਮ ਇੰਡਸਟਰੀ 'ਚ ਆਇਆ ਕਸ਼ਮੀਰੀ ਸੀ ਨਾ ਤੇ ਮੇਰੇ ਡੈਡੀ ਕੋਲ ਆਏ ਸੀ ਆਸ਼ੀਰਵਾਦ ਲੈਣ ਲਈ ਨਾ ਤੇ ਮੇਰੇ ਡੈਡੀ ਨੇ ਇਹਨਾਂ ਨੂੰ ਮਤਲਬ ਕਾਫੀ ਕਿਹਾ ਵੀ ਸੀ ਤੁਸੀਂ ਬਹੁਤ ਸੋਹਣੇ ਹੋ ਆਪਣੇ ਕੈਰੀਅਰ ਨੂੰ ਸੇ ਇਤਰਾਤੋ ਮਤਲਬ ਸਮਝ ਲਓ ਐਕਟਿੰਗ ਤੇ ਕਨਸੈਂਟਰੇਟ ਕਰੋ ਸतीश ਤਾਂ ਮੈਨੂੰ ਇਹ ਲੱਗਦਾ ਸੀ ਕਿ ਜਿੰਨਾ ਮਤਲਬ ਉਹ ਉਹਨਾਂ ਦੀ ਪਸਨੈਲਿਟੀ ਥੀ ਉਹਨਾਂ ਨੇ ਆਪਣੇ ਕੈਰੀਅਰ ਨੂੰ ਉਹਨਾਂ ਸੋਨਾ ਮੈਨੇਜ ਨਹੀਂ ਕੀਤਾ ਕੀਤੇ ਉਹਨਾਂ ਨੇ 100 ਫਿਲਮਾਂ ਆਈ ਬਿਲੀਵ ਵਿਦ ਭਾਵਨਾਪਟ ਮੇਰੇ ਨਾਲ ਤੇ ਇੱਕ ਹੀ ਭਾਵਨਾ ਬੜ ਦਲਜੀਤ ਕੋਰੇ ਸਾਰਾ ਇਹਨਾਂ ਨਾਲ ਬਹੁਤ ਕੰਮ ਕੀਤਾ ਉਹਨਾਂ ਨੇ ਉਹਨਾਂ ਨੇ ਨਾ ਆਪਣੀ ਜ਼ਿੰਦਗੀ ਸਾਨੂੰ ਮੈਨੂੰ ਉਹਨਾਂ ਦਾ ਬਹੁਤ ਦੁੱਖ ਰਿਆ ਮੈਂ ਉਹਨਾਂ ਦੇ ਲਾਈਫ ਚ ਪਾਰਟਿਸਿਪੇਟ ਕਰਦੀ ਰਹੀ ਹਾਂ ਬਹੁਤ ਐਂਡ ਜੀ ਕਿਉਂਕਿ ਉਹ ਮੇਰੇ ਨਾਲ ਇਨ ਟੱਚ ਰਹਿੰਦੇ ਸੀ ਮੈਨੂੰ ਸਾਰਾ ਕੁਝ ਦੱਸਦੇ ਸੀ ਮੇਰੇ ਪ੍ਰੋਬਲਮ ਐ ਵੈਸੀ ਦੀ ਵੇ ਹੈਵਨਲੀ ਜਿੱਥੇ ਰਹਿੰਦੇ ਸੀ ਉੱਤੇ ਗੱਲ ਕਰ ਰਹੇ ਤੇ ਗੱਲ ਕਰ ਮੀਡੀਆ ਚ ਇੰਟਰਵਿਊ ਦੇ ਉਹ ਬੰਬੇ ਟਾਈਮਸ ਇਹਦੇ ਕਿ ਹੀ ਇਜ਼ ਇਨ ਟ੍ਰਬਲ ਫਿਲਮ ਲਾਈਨ ਨੂੰ ਕੀ ਹੈਲਪ ਹਿਮ ਜਦ ਉਹ ਗਿਰ ਗਈ ਸੀ ਉਹਨਾਂ ਦਾ ਆਪਰੇਸ਼ਨ ਹੋਣਾ ਸੀ ਇਮੀਡੀਏਟਲੀ ਮੈਨੂੰ ਫੋਨ ਆਇਆ ਕਿ 65000 ਨਾ ਜਮਾ ਕਰਨੇ ਆ ਤੇ ਮੈਂ ਮਨਜੀਤ ਮਾਨ ਔਰ ਮੇਰੀ ਸਿਸਟਰ ਅਸੀਂ ਉਹ ਪੈਸੇ ਭਾਇ ਇਮੀਡੀਏਟਲੀ ਹਮ ਸਰਜਰੀ ਤੇ ਮੈਨੂੰ ਜਦ ਵੀ ਮਤਲਬ ਮੈਂ ਆਂਦੀ ਸੀ ਮੈਂ ਇੱਥੇ ਲੁਧਿਆਣੇ ਨਾ ਕਿਤੇ স্মॉल ਹਾਊਸ ਵਿੱਚ ਰਹ ਰਹੇ ਸੀ ਇੱਕ ਲੇਡੀ ਲੁੱਕ ਅਫਟਰ ਕਰ ਰਹੀ ਸੀ ਤੇ ਮੈਂ ਗਈ ਮਿਲਣ ਲਈ whenever i went to him whatever i could do i have done and i i i feel ki kade bhi koi fellow uh, actor ya singer ya koi bhi punjabi uh, punjabi zuban nal judya hua hoya artist i will always be there mainu yaad hai ki surender kaur ji the 50 years hoye ਉਹ ਇੱਕ ਬੜਾ ਪ੍ਰੋਗਰਾਮ ਇੱਥੇ ਰੱਖਿਆ ਸੀ ਬਿਹਨ ਸਿੰਘ ਜੀ ਦੇ ਟਾਈਮ 'ਚ ਪੰਜਾਬ ਅਵਾਰਡਸ ਹੂੰ ਤੇ ਸਾਰੇ ਆਏ ਸੀ ਅਸੀਂ ਯਸ਼ চোপੜਾ ਜੀ ਵੀ ਸੀ ਉਹਦੇ ਵਿੱਚ ਬੀ ਆਰ চোপੜਾ ਵੀ ਸੀ ਸਾ ਪਤਾ ਨਹੀਂ ਬਹੁਤ ਸਾਰੇ ਸੀਗੇ ਉੱਥੇ ਨਾ ਉਸ ਦਿਨ सुरेंद्र कौर ਜੀ ਨੇ ਗਾਣਾ ਸੀ ਹੂੰ ਉਹ ਵਿਚਾਰੀ ਗਾ ਰਹੇ ਆ ਗਵਰਨਮੈਂਟ ਲੈ ਕੇ ਬੈਠੀ ਹੈ ਸਾਡੇ ਹਿੰਦੀ ਦੇ ਬੜੇ ਵੱਡੇ ਪੰਜਾਬੀ ਪ੍ਰੋਡਿਊਸਰ ਜਿਵੇਂ ਯਸ਼ ਜੀ ਐਨ ਐਂਡ ਉਹ ਵੀ ਸਾਰੇ ਬਿਜ਼ੀ ਨੇ ਡਿਸਕਸਿੰਗ ਉਹ ਵਿਦ ਦਾ ਗਵਰਨਮੈਂਟ ਮੈਂ ਮਨਜੀਤ ਮਾਨ ਗੁਰਦਾਸ ਮਾਨ ਅਸੀਂ ਜ਼ਮੀਨ ਚ ਬੈ ਕੇ ਉਹਨਾਂ ਨੂੰ ਸੁਣ ਰਹੇ ਸੀ ਵਾਹ ਕੁਝ ਲੋਗ ਹੋਰ ਵੀ ਸੁਣ ਰਹੇ ਪਰ ਅਸੀਂ ਬੈਠੇ ਬਿਕੋਜ਼ ਅਸੀਂ ਕਲਾਕਾਰ ਨੂੰ ਪੂਰੀ ਇੱਜ਼ਤ ਦੇਣੀ ਸੀ ਬਹੁਤ ਖੋਤ ਤੇ ਅਸੀਂ ਬੈਠ ਕੇ ਉੱਥੇ ਸੁਣੇ ਫਿਰ ਮੈਂ ਮੇਰੀ ਦੋਸਤੀ ਥੋੜੀ ਹੋ ਗਈ ਡੋਲੀ ਜੀ ਨਾਲ सुरेंद्र ਜੀ ਨਾਲ ਫਿਰ ਉਹਨਾਂ ਨੇ ਦੱਸਿਆ ਕਿ ਮੰਮੀ ਨੂੰ 50 ਇਅਰਸ ਹੋ ਰਹੇ ਇਹ ਸਾਲ ਸਿੰਗਿੰਗ ਚ ਮੈਂ ਕਿਹਾ ਪੰਜਾਬ ਕੁਛ ਨਹੀਂ ਕਰ ਰਿਹਾ ਮੈਨੂੰ ਇੱਕ ਗੱਲ ਦਾ ਬਹੁਤ ਅਫਸੋਸ ਰਿਹਾ ਜੀ ਮਰਾਠੀ ਵਿੱਚ ਬੰਗਾਲ ਵਿੱਚ ਇਹਨੀ ਯੂਨਿਟੀ ਆ ਹਾਂ ਕਿ ਆਰਟਿਸਟ ਜਿਹੜਾ ਹੈ ਉਹ ਛੋਟਾ ਵੀ ਲੇਖਕ ਨੂੰ ਉਹ ਪਦਵਸ਼ਰੀ ਦਿੰਦੇ ਆ ਛੋਟੇ ਵੀ ਲੇਖਕ ਨੂੰ ਸਟੇਟ ਅਵਾਰਡ ਦਿੰਦੇ ਆ ਸਾਡੇ ਪੰਜਾਬ ਕਿਉਂ ਨਹੀਂ ਦਿੰਦਾ ਬਹੁਤ ਵੱਡੀ ਗੱਲ ਆ ਸੁਰਿੰਦਰ ਕੌਰ ਜੀ ਨੂੰ ਉਥੇ ਲਤਾ ਜੀ ਨੂੰ ਗੋਡ ਮੰਨ ਲਿਆ ਮਿਊਜ਼ਿਕ ਦਾ ਸਾਡੀ ਸੁਰਿੰਦਰ ਕੌਰ ਜੀ ਪ੍ਰਕਾਸ਼ ਕੌਰ ਜੀ ਮਿਊਜ਼ਿਕ ਦੇ ਪਾਇਨੀਅਰ ਨਹੀਂ ਵਾਹ ਉਹਨਾਂ ਨੂੰ ਤੁਸੀਂ ਪਦਮਸ਼ਰੀ ਨਹੀਂ ਦੇ ਸਕਦੇ ਸੀ ਹਮ ਬਹੁਤ ਖੂਬ ਐਨਾ ਦਿਲ ਤੁਹਾਡਾ ਤੰਗੇ ਮੈਂ ਉਹਨਾਂ ਦੀ 50 ਸਾਲ ਪੂਰੇ ਹੋਣ ਤੇ ਮੈਂ ਇੱਕ ਛੋਟੀ ਆਰਟਿਸਟ ਮੈਂ ਉਹਨਾਂ ਦੇ ਗਾਣਿਆਂ ਤੇ ਗਾਣੇ ਦੀ ਕੈਸਟ ਕੱਢੀ ਵਧਾਈਆਂ ਵਾਹ ਔਰ ਉਹਨਾਂ ਦੇ ਟਾਈਪ ਦੇ ਮੈਰਿਜ ਸੌਂਗਸ ਰਿਕਾਰਡ ਕੀਤੇ ਉਹਦੇ ਤੇ ਪਿਕਚਰਾਈਜ਼ ਕੀਤਾ ਇੱਕ ਸਬਜੈਕਟ ਬਣਾ ਲਿਆ 1 ਘੰਟਾ 1 ਘੰਟੇ 17 ਮਿੰਟਸ ਦੀ ਸੀ ਹੂੰ ਸੁਪਰ ਕੈਸਿਟਸ ਨੇ ਖਰੀਦੀ ਹੂੰ ਗੁਲਸ਼ਨ ਜੀ ਵੀ ਬਹੁਤ ਸਪੋਰਟਿਵ ਸੀਗੇ ਪੰਜਾਬੀ ਮਿਊਜ਼ਿਕ ਤੇ ਤੇ ਮੈਂ ਫਿਰ ਉਹਨਾਂ ਨੂੰ ਇੱਜ਼ਤ ਦੇਣ ਲਈ ਮੈਂ ਆਪਣੇ ਵੱਲੋਂ ਕੀਤਾ ਬਟ ਪੰਜਾਬ ਨੇ ਕਰਨਾ ਚਾਹੀਦਾ ਹ ਹੁਣ ਤੱਕ ਸਾਡੇ ਗੁਰਦਾਸ ਮਾਨ ਜੀ ਨੂੰ ਵੀ ਕੋਈ ਤੁਸੀਂ ਨਵਾਜ਼ਿਆ ਨਹੀਂ ਪਦਮਾ ਬੁਸ਼ਨ ਪਦ ਕਿਸੇ ਨੂੰ ਮੈਨੂੰ ਆਇਆ ਸੀ ਫੋਨ ਕਿ ਪਦਮਸ਼ਰੀ ਲਈ ਤੁਸੀਂ ਭੇਜੋ ਆਪਣਾ ਰੈਜ਼ੂਮੇ ਮੈਂ ਭੇਜਿਆ ਫਿਰ ਬਾਅਦ ਚ ਮੈਨੂੰ ਆਇਆ ਤੁਸੀਂ ਸੁਣਾ ਬੀਜੇ ਕੀ ਅੱਛਾ ਦਿਖਿਆ ਉਹ ਤੇ ਫਿਰ ਅਸੀਂ ਤੁਹਾਨੂੰ ਨਹੀਂ ਰਿਕਮੈਂਡ ਕਰ ਸਕ ਹਾਂ ਕੋਈ ਗੱਲ ਨਹੀਂ ਮੇਰਾ ਅਵਾਰਡ ਮੇਰੀ ਪਬਲਿਕ ਆ ਮੇਰੀ ਪੰਜਾਬੀ ਲੋਕ ਨੇ ਪੂਰੇ ਵਰਲਡ ਚ ਜਿਹੜਾ ਮੈਨੂੰ ਪਿਆਰ ਕਰਦੇ ਆ ਬੱਸ ਉਹਨਾਂ ਦਾ ਪਿਆਰ ਨਹੀਂ ਚਾਹੀਦੇ ਕੋਈ ਅਵਾਰਡਸ ਪਰ ਹਰ ਚੀਜ਼ ਦੇ ਉੱਪਰ ਸਿਆਸਤ ਭਾਰੀ ਕਿਉਂ ਹੋ ਜਾਂਦੀ ਹੈ ਕਿਉਂਕਿ ਅਸੀਂ ਜੇ ਹਾਲੀਵੁੱਡ ਦੀ ਗੱਲ ਕਰ ਲਈਏ ਯੋ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਇੱਥੇ ਯੂਨਿਟੀ ਘਟ ਹੈ ਜੀ ਇੱਕ ਬਹੁਤ ਵੱਡੀ ਸੇਇੰਗ ਹੈ ਕੜੇ ਪਏ ਸੀ ਹੂੰ ਗੁਜਰਾਤ ਦਾ ਮਹਾਰਾਸ਼ਟਰ ਦਾ ਬੰਗਾਲ ਦਾ ਪੰਜਾਬ ਦਾ ਹੂੰ ਸਾਰੇ ਕੜਿਆਂ ਤੋਂ ਨਾ ਜਿਹੜੇ ਕ੍ਰੈਬਸ ਕਹਿੰਦੇ ਆ ਨਾ ਉਹ ਬਾਹਰ ਆਈ ਜਾ ਰਹੇ ਸੀ ਫਟਾਫਟ ਬਾਹਰ ਆਈ ਜਾ ਰਹੇ ਸੀ ਜੀਵੇਂ ਥੱਲੇ ਤੋਂ ਉਹਨਾਂ ਨੂੰ ਮਦਦ ਮਿਲ ਰਹੀ ਸੀ ਉਹ ਪੁਸ਼ ਕਰ ਰਿਹਾ ਸੀ ਸਾਰੇ ਕਰੈਬਸ ਆ ਰਹੇ ਸੀ ਬਾਹਰ ਸਾਰੇ ਕੜੇ ਦੇ ਕਰੈਬ ਬਾਹਰ ਆ ਗਏ ਜਿਹੜਾ ਪੰਜਾਬ ਦਾ ਕੜਾ ਪਿਆ ਸੀ ਨਾ ਉਹਦੇ ਕਰੈਬ ਚੜਨ ਦੀ ਕੋਸ਼ਿਸ਼ ਕਰਦਾ ਗਿਗਦਾ ਸੀ ਚੜਨ ਦੀ ਕੋਸ਼ਿਸ਼ ਕਰਦਾ ਸੀ ਡਿਗਦਾ ਸੀ ਕਿਸੇ ਨੇ ਪੁੱਛਿਆ ਕਿ ਪੰਜਾਬ ਦੇ ਕੜੇ ਦੇ ਕਰੈਬ ਕਿਉਂ ਨਹੀਂ ਬਾਹਰ ਆ ਰਹੇ ਹੂੰ ਕਹਿੰਦੇ ਪੈਰ ਖਿੱਚਣ ਵਾਲੇ ਬਹੁਤ ਐ ਅਸਲੀ ਬਾਹਰ ਨਹੀਂ ਆ ਰਹੇ ਮੈਂ ਕਹਿੰਨੀ ਆ ਗਾਇਕੀ ਵਿੱਚ ਫਿਲਮਾਂ ਵਿੱਚ प्रोड्यूसर्स विच एक्टर्स विच सिंगर्स विच यूनिटी होनी चाहिए बिल्कुल सही है ना बिल्कुल सही मैं हूं कहा है तुम भी कर लो मैं तो भी बिकॉज साढ़े बच्चे है ना बड़े टैलेंटिड ने पंजाब और बहुत इंट्रस्टिड ने आर्ट्स विच है ना म्यूजिक विच आर्ट्स मैं ये समझती हाँ तुम ऑडिशन करो मैं कोशिश कर दी थोड़े ਬੰਬੇ ਵਿੱਚ ਪੈਸੇ ਲਾਉਣ ਲਈ ਕਿ ਬੰਦੇ ਇਹਨੂੰ ਅਪਾਇੰਟ ਕਰਕੇ ਮੇਰੇ ਆਫਿਸ 'ਚ ਬਿਠਾ ਦੇਆ ਤੁਸੀਂ ਆਡੀਸ਼ਨ ਕਰਕੇ ਸੈਲੈਕਟਡ ਆਰਟਿਸਟ ਦੀ ਸ਼ੋ ਰੀਲਸ ਬਣਾਓ ਹੂੰ ਠੀਕ ਹੈ ਚਾਹੁੰਦੇ ਤੇ ਮੈਂ ਜੱਜ ਬਣ ਕੇ ਆ ਜੂਗੀ ਮੈਂ ਆਈ ਕੈਨ ਐਗਜ਼ਾਮਿਨ ਉਹ ਬੱਚਿਆਂ ਨੂੰ ਅਸੀਂ ਚੂਜ਼ ਕਰਕੇ ਅਸੀਂ ਸ਼ੋ ਰੀਲਸ ਨੂੰ ਸਾਰੇ ਕਾਸਟਿੰਗ ਡਾਇਰੈਕਟਰਸ ਨੂੰ ਭੇਜੀਏ ਬੰਬੇ ਕਿ ਤੁਸੀਂ ਇਹਨਾਂ ਨੂੰ ਕੰਮ ਦਿਲਾਓ ਸੀਰੀਅਲਸ ਵਿੱਚ ਫਿਰ ਉੱਥੇ ਲੋੜ ਹੈ ਆਰਟਿਸਟਾਂ ਦੀ ਲੋੜ ਹੈ ਐਕਟਰਸ ਦੀ ਇੱਕ ਕਿੱਕ ਸੀਰੀਅਲ ਚਾਲੂ ਜਦ ਸ਼ੁਰੂ ਹੁੰਦਾ ਹੈ ਉਹ ਨੌਨਸਟੌਪ 3 ਸਾਲ ਚੱਲਦਾ ਹੈ ਉਹਨਾਂ ਨੂੰ ਰੋਸਟ ਸੈੱਟ ਤੇ ਉਹ ਆਰਟਿਸਟ ਚਾਹੀਦਾ ਆਰਟਿਸਟ ਐ ਨਹੀਂ ਬਿਜ਼ੀ ਐ ਨਹੀਂ ਕਰ ਸਕਦੇ ਐਨੇ ਤੇ ਨਵੇਂ-ਨਵੇਂ ਕਲਾਕਾਰਾਂ ਨੂੰ ਉੱਚਾਉਂਦੇ ਆ ਕਿ ਪ੍ਰੋਡਕਸ਼ਨ ਹਾਊਸਸ ਇੰਟਰੋਡਿਊਸ ਕਰਨ ਲਈ ਜੀ ਤੇ ਜੇ ਟੈਲੈਂਟ ਹੈ ਉਹਨਾਂ ਮੈਂ ਨਹੀਂ ਚਾਹਦੀ ਕਿ ਆਪਣੇ ਬੱਚੇ ਨਾ ਰੋਂਗਲੀ ਐਕਸਪਲੋਇਟ ਹੋ ਜਾਣ ਹਮ ਇਥੇ ਕੋਈ ਪੈਸੇ ਲਈ ਕਹੇ ਤੂੰ ਪੈਸੇ ਦੇ ਦੇ ਮੈਂ ਤੈਨੂੰ ਪ੍ਰੋਮੋਟ ਕਰ ਦੂੰਗਾ ਨਾ ਨੋ ਤੁਸੀਂ ਕਰੋ ਆਡੀਸ਼ਨ ਚੰਗੇ ਬੰਦੇ ਚੂਜ਼ ਕਰਕੇ ਰਿਕਮੈਂਡ ਕਰੋ ਮੈਂ ਕਰੂੰਗੀ ਪ੍ਰਮੋਟ ਬਹੁਤ ਵਾਹ ਇੱਕ ਜਾਣਕਾਰੀ ਦਾ ਵਾਅਦਾ ਕਰਿਓ ਵੀ ਅਸੀਂ ਸਮੇਂ-ਸਮੇਂ ਤੇ ਕਾਸਟਿੰਗ ਕਾਊਚ ਦੀਆਂ ਗੱਲਾਂ ਸੁਣਦੇ ਆ ਕੰਮ ਬਦਲੇ ਸਮਝੌਤਾ ਫਿਲਮ ਨਗਰੀ ਦੇ ਵਿੱਚ ਇਦਾਂ ਦਾ ਕੁਝ ਅੱਖੀਂ ਦੇਖਿਆ ਨਹੀਂ ਦੇਖੋ ਮੈਂ ਨਹੀਂ ਦੇਖਿਆ ਮੈਂ ਫਿਲਮ ਇੰਡਸਟਰੀ ਵਿੱਚ ਰਹੀ ਆ ਮੈਂ ਤੇ ਇਹੀ ਨਹੀਂ ਦੇਖਿਆ ਇਹ ਬੰਦੇ ਤੇ ਆਪਣੇ ਤੇ ਹੁੰਦਾ ਜਿਹਦੇ ਵਿੱਚ ਟੈਲੈਂਟ ਨਹੀਂ ਹੁੰਦਾ ਨਾ ਉਹ ਫਿਰ ਉਸ ਤਰ੍ਹਾਂ ਦਾ ਬਿਹੇਵ ਕਰੇਗਾ ਕਿ ਅਗਲੇ ਨੂੰ ਤੁਸੀਂ ਸ਼ੈ ਦੇ ਦਿਓ ਹੂੰ ਹੂੰ ਮੇਰੇ ਵਿੱਚ ਟੈਲੈਂਟ ਹੈ ਨਾ ਆਓ ਸਾਹਮਣੇ ਹੈ ਨਾ ਤੇ ਉਹ ਕਦੇ ਆਪਣੇ ਤੇ ਕੰਫੀਡੈਂਸ ਨਾ ਛੱਡੋ ਵਾਹ ਕੋਈ ਬੰਦਾ ਤੁਹਾਡੀ ਐਡਵਾਂਟੇਜ ਨਹੀਂ ਲੈ ਸਕਦਾ ਤੁਹਾਡੇ ਵਿੱਚ ਟੈਲੈਂਟ ਹੈ ਨਾ ਤੁਸੀਂ ਨਿਖਰ ਕੇ ਆਉਗੇ ਹੀ ਆਉਗੇ ਕਿਉਂਕਿ ਟੈਲੈਂਟ ਦੀ ਲੋੜ ਹੈ ਸਾਰੇ ਬਹੁਤ ਖੂਬ ਠੀਕ ਹੈ ਨਾ ਜੀ ਔਰ ਮੈਂ ਦੋਨੂੰ ਇਹ ਦੱਸ ਦਿਆਂ ਜਿਹੜੇ ਕਾਸਟਿੰਗ ਡਾਇਰੈਕਟਰਸ ਨੇ ਜਿਹੜੇ ਅੱਜਕੱਲ੍ਹ ਕੀ ਕਰਦੇ ਹਾਂ ਇਹਨਾਂ ਨੂੰ ਆਰਟਿਸਟਾਂ ਦੀ ਲੋੜ ਹੈ ਇਹਨਾਂ ਦੇ ਪ੍ਰੋਗਰਾਮਾਂ ਲਈ ਵੱਡੇ ਵੱਡੇ ਪ੍ਰੋਡਕਸ਼ਨ ਹਾਊਸਸ ਨੇ ਬਾਲਜੀ ਟੈਲੀਫਿਲਮ ਇਹ ਫਿਲਮ ਉਹ ਇਹਨਾਂ ਨੂੰ ਲੋੜ ਹੈ ਇਹ ਲੈਂਦੇ ਆਡੀਸ਼ਨ ਤੁਹਾਡਾ ਬੁਲਾ ਕੇ ਨਾ ਤੁਹਾਨੂੰ ਆਡੀਸ਼ਨ ਲੈਣਗੇ ਕੈਮਰੇ ਦੇ ਅੱਗੇ ਕਾਸਟਿੰਗ ਡਾਇਰੈਕਟਰ ਫਿਰ ਉਹ ਦੇ ਵਿੱਚ ਤੁਸੀਂ ਮਤਲਬ ਤੁਹਾਡੀ ਪਰਫਾਰਮੈਂਸ ਚੰਗੀ ਹੋਣੀ ਚਾਹੀਦੀ ਹੈ ਨਾ ਬਿਲਕੁਲ ਸਹੀ ਉਹਨਾਂ ਹੋਣਾ ਚਾਹੀਦਾ ਹੂੰ ਮੈਂ ਤੇ ਕੱਲ ਇਹ ਵੀ ਕਿਹਾ ਮੈਂ ਕਿਹਾ ਕਿ ਇੱਥੇ ਤੁਸੀਂ ਫਿਲਮ ਇੰਸਟੀਚਿਊਟ ਖੋਲੋ ਕਿਉਂਕਿ ਮੁੰਬਈ ਆ ਕੇ ਇੱਕ ਤਹਾਂ ਤੇ ਇੰਸਟੀਚਿਊਟ ਰਹਿਣਾ ਮਹਿੰਗਾ ਕਿੱਥੇ ਐਕਟਿੰਗ ਦਾ ਸਿੱਖੋਗੇ ਕਿੱਥੇ ਫਾਈਟ ਸਿੱਖੋਗੇ ਕਿੱਥੇ ਡਾਂਸਿੰਗ ਸਿੱਖੋਗੇ ਅਸੀਂ ਇੱਕ ਇੰਸਟੀਚਿਊਟ ਹੀ ਨਾ ਬਣਾ ਲਈਏ ਪੰਜਾਬ 'ਚ ਜਿੱਥੇ ਸਾਰੀ ਟ੍ਰੇਨਿੰਗ ਹੋਏ ਡਾਇਰੈਕਸ਼ਨ ਦੀ ਐਡੀਟਿੰਗ ਦੀ ਕੈਮਰਾ ਦੀ ਹੈਗੇ ਬੰਬੇ ਜਿਵੇਂ ਸੁਭਾਸ਼ ਗਈ ਦਾ ਅਸੀਂ ਉਸ ਤਰ੍ਹਾਂ ਦਾ ਇੱਥੇ ਖੋਲ ਲੈਨੇ ਆ ਬਹੁਤ ਖੂਬ ਤੇ ਬੰਦੇ ਬੱਚੇ ਹਿਮਾਚਲ ਦੇ ਰਾਜਸਤਾਨ ਦੇ ਜੰਮੂ ਦੇ ਪੰਜਾਬ ਦੇ ਸਾਰੇ ਇੱਥੇ ਆਣਗੇ ਉਹਨਾਂ ਨੂੰ ਉਸ ਸਸਤਾ ਵੀ ਪਏਗਾ ਇੱਕ ਥਾਂ ਤੇ ਸਾਰਾ ਕੁਝ ਮਿਲ ਵੀ ਜਾਏਗਾ ਟ੍ਰੇਨਿੰਗ ਫਿਰ ਅਸੀਂ ਉਹ ਟ੍ਰੇਨਿੰਗ ਸੈਂਟਰਸ ਨੂੰ ਹੀ ਐਪਰੂਵ ਕਰ ਕਰਕੇ ਬੱਚਿਆਂ ਨੂੰ ਬੰਬੇ ਪ੍ਰਮੋਟ ਕਰਾਂਗੇ ਬਹੁਤ ਵਾਹ ਬਹੁਤ ਵਧੀਆ ਰਿਤਿ ਸਭਰੋਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਚੰਗਾ ਲੱਗ ਰਿਹਾ ਐਂਓ ਲੱਗਦਾ ਵੀ ਅਸੀਂ ਤੁਹਾਡੇ ਨਾਲ ਨਾਲ ਬੰਬੇ ਦਾ ਸਫ਼ਰ ਕਰ ਰਹੇ ਹਾਂ ਬਿਲਕੁਲ ਤੁਹਾਡੇ ਨਾਲ ਨਾਲ ਫਿਲਮਾਂ ਦੀ ਸ਼ੂਟਿੰਗ ਦੇ ਉੱਤੇ ਫਿਲਮਾਂਕੜ ਤੇ ਜਾ ਰਹੇ ਹਾਂ ਜੀ ਤੁਹਾਡੇ ਨਾਲ ਨਾਲ ਹੀ ਗਾਣਿਆਂ ਦੇ ਪਿੱਛੇ ਪੁੱਛੇ ਜਗ ਤੇ ਖੜ ਕੇ ਆਂਜ ਕਰੀ ਜਾਂਦੇ ਆ ਪਰ ਜਿਹੜੀ ਤੁਹਾਡੀ ਨਵੀਂ ਫਿਲਮ ਆ ਰਹੀ ਆ ਨਾ ਹਾਂ ਉਹਦੇ ਬਾਰੇ ਆਪਾਂ ਖੁੱਲ ਕੇ ਗੱਲਾਂ ਕਰਨੀਆਂ ਇੱਕ ਥੋੜਾ ਜਿਹਾ ਸਮਾਂ ਹੋਰ ਚਾਹੁੰਦੇ ਅਗਲੀ ਕਿਸ਼ਤ ਦੇ ਵਿੱਚ ਹਾਂਜੀ ਤੇਰੀ ਮੇਰੀ ਗੱਲ ਬਣ ਗਈ ਗੱਲ ਬਣ ਗਈ ਹਾਂ ਤੇ 9 ਤਰੀਕ ਨੂੰ ਤੁਹਾਡੀ ਗੱਲ ਬਣ ਜੇ ਜੀ ਤੁਹਾਡਾ ਖੀਸਾ ਭਰ ਜੇ ਰੁਪਈਆਂ ਵਾਲਾ ਤੁਹਾਡਾ ਪਰਸ ਭਰ ਜੇ ਮੈਂ ਇਹ ਸਮਝਦੀ ਆ ਕਿ ਮੇਰੇ ਅੱਜ ਉਹ ਆਪਾਂ ਬੈਠ ਕੇ ਪ੍ਰਸ਼ਾਦਾ ਛਕਦੇ ਮੈਂ ਇਹ ਸਮਝਦੀ ਆ ਕਿ ਮੇਰੇ ਲਈ ਬਹੁਤ ਹੀ ਮੇਰੀ ਰਿਟਰਨ ਤੇ ਲੋਕਾਂ ਨੇ ਜੇ ਆ ਕੇ ਫਿਲਮ ਵੇਖ ਲਈ ਤੇ ਮੈਂ ਇਹ ਸਮਝਾਂਗੀ ਮੇਰਾ ਪਿਆਰ ਹੁਣ ਵੀ ਕਮ ਨਹੀਂ ਹੋਵੇਗਾ ਬਹੁਤ ਬਹੁਤ ਪੈਸੇ ਦੀ ਗੱਲ ਨਹੀਂ ਇਹ ਆ ਕਿ ਜੀ ਪ੍ਰੀਤੀ ਸਪਰੂ ਦੀ ਫਿਲਮ ਲਗੀ ਹੈ ਔਰ ਖਾਲੀ ਜਾਏ ਔਰ ਬੰਦੇ ਨਾ ਆਏ ਉਹ ਦੁਖ ਤੇ ਹੋਏਗਾ ਬਿਲਕੁਲ ਸਹੀ ਆਪਾਂ ਹੁਣ ਰੁਕਦੇ ਆਂ ਅਗਲੀ ਕਿਸ਼ਤ ਲਈ ਜੀ ਬਿਲਕੁਲ ਫਿਲਹਾਲ ਦੇ ਲਈ ਇੱਥੇ ਰੁਕਦੇ ਆਂ ਜੀ ਇਸ ਕਿਸ਼ਤ ਨੂੰ ਇੱਥੇ ਹੀ ਸਮੇਟਦੇ ਆਂ ਜਾਣਦਾ ਹੋ ਗਿਆ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਓ ਪਰ ਲਗਾਤਾਰਤਾ ਬਰਕਰਾਰ ਹੈ ਤਿੰਨਾਂ ਨੂੰ ਦੇ ਇਜਾਜ਼ਤ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਜੰਚਦਾ ਵੀਚਾਰ